ਸੰਗਰੂਰ ਦੇ ਨਾਗਰਿਕ ਅੱਜ ਉਹ ਸ਼ਖਸੀਅਤ ਨੂੰ ਸਨਮਾਨ ਕਰਨ ਚੱਲੇ ਆ ਜੋ ਲੂਲੇ ਲੰਗੜਿਆਂ ਦੀ ਤੇ ਪਿੰਗਲਿਆਂ ਦੀ ਗੱਲ ਕਰਦੇ ਨੇ। ਇਸ ਕਰਕੇ ਪੈਸਾ ਲੋਕਾਂ ਲਈ ਚਾਹੀਦਾ, ਸਰਕਾਰਾਂ ਦਾ ਨਹੀਂ ਚਾਹੀਦਾ। ਇਸ ਕਰਕੇ ਆਪਣੇ ਬਲਬੂਤੇ ਦੇ ਉੱਤੇ 52 ਜਥੇਬੰਦੀਆਂ ਨੇ ਸੰਗਰੂਰ ਸ਼ਹਿਰ ਦੀਆਂ ਨੇ ਆ ਸੱਭਿਆਚਾਰਕ ਮੰਚ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਨਾਗਰਿਕ ਮੰਚ ਵੱਲੋਂ। ਕਿਉਂ? ਕਿਉਂਕਿ ਪਿਰਤ ਉਸ ਵਿਅਕਤੀ ਤੋਂ ਪਈ ਹੈ, ਉਸ ਸ਼ਖਸੀਅਤ ਤੋਂ ਪਈ ਹੈ ਜਿਹਨੇ ਆਪਣਾ ਸਾਰਾ ਜੀਵਨ ਪਿੰਗਲਿਆਂ ਖਾਤਰ ਦਾਨ ਕਰ ਦਿੱਤਾ। ਸਾਡਾ ਪਲੇਠਾ ਸਮਾਗਮ ਹੈ, ਸਾਰੇ ਆਏ ਨਾਗਰਿਕਾਂ ਦਾ ਧੰਨਵਾਦ ਕਰਦਾ। ਸਭ ਤੋਂ ਪਹਿਲਾਂ ਮੈਂ ਸਤਿਅਮ ਜੀ ਨੂੰ ਬੇਨਤੀ ਕਰਦਾ, ਸਤਿਅਮ ਜੀ ਜੋ ਪ੍ਰੈਸ ਦੇ ਵੀ ਨਾਮਾਦਗਾਰ ਹਨ, ਵੀ ਆ ਕੇ ਸਾਰੇ ਸੰਗਰੂਰ ਦੇ ਜਿੰਨੇ ਵੀ ਪਤਵੰਤੇ ਨਾਗਰਿਕ ਸਾਹਿਬਾਨ, ਐਮਸੀ ਸਾਹਿਬਾਨ, ਲੀਡਰ ਸਾਹਿਬਾਨ ਬੈਠੇ ਆ ਅਤੇ 52 ਜਥੇਬੰਦੀਆਂ ਦੇ ਨੁਮਾਇੰਦੇ ਬੈਠੇ ਆ, ਉਹਨਾਂ ਦਾ ਜੀ ਆਇਆਂ ਕਹਿ ਮੈਂ ਬਲਵੰਤ ਸਿੰਘ ਢੀਂਡਸਾ ਲੀਗਲ ਸੈੱਲ ਦੇ ਮੀਤ ਪ੍ਰਧਾਨ ਜੀ ਦਾ, ਪਰਮਿੰਦਰ ਬਜਾਜ ਜੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ, ਕਿਉਂਕਿ ਆ ਕੇ ਸਾਡੇ ਸਮਾਗਮ ਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਹੈ। ਸਤਿਅਮ ਜੀ, ਸਾਰੀਆਂ ਹੀ ਆਈਆਂ ਸੰਗਤਾਂ ਦਾ, ਨਾਗਰਿਕਾਂ ਦਾ ਜੀ ਆਇਆ। ਪਰਲ ਪੈਲਸ ਦੇ ਇਸ ਮੁੱਖ ਸੇਵਾਦਾਰ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ, ਜਿਹਨਾਂ ਨੂੰ ਪਿਛਲੇ ਦਿਨੀ ਭਾਰਤ ਦੇ ਰਾਸ਼ਟਰਪਤੀ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਹੈ, ਉਹਨਾਂ ਦੇ ਨਾਲ ਬੈਠੇ SS ਫੁੱਲ ਸਾਹਿਬ, ਨਾਜਰ ਸਿੰਘ ਜੀ, ਫੱਗੂਵਾਲਾ ਸਾਹਿਬ, ਸਰ ਜਸਵੀਰ ਸਿੰਘ ਜੀ, ਸਰ ਗੋਬਿੰਦ ਸਿੰਘ ਜੀ ਕਾਂਗੜਾ, ਪ੍ਰਕਾਸ਼ ਚੰਦ ਜੀ ਗਰਗ, ਔਰ ਅਹੁਦੇਦਾਰ ਸਾਹਿਬਾਨ ਦਰਜਾ ਬਦਰਜਾ, ਪਿੰਡਾਂ ਤੋਂ ਆਏ ਹੋਏ ਪੰਚ ਸਰਪੰਚ ਦੀਆਂ ਜੋ ਮਹਾਨ ਸ਼ਖਸੀਅਤਾਂ ਹਨ, ਜਿਨ੍ਹਾਂ ਦੇ ਇੱਕ ਇੱਕ ਦੇ ਪਿੱਛੇ ਹਜ਼ਾਰ ਹਜ਼ਾਰ ਬੰਦਾ ਹੈ, ਅੱਜ ਉਹਨਾਂ ਦਾ ਇੱਕ ਇੱਕ ਨੁਮਾਇੰਦਾ ਸਾਡੇ ਕੋਲ ਬੈਠਾ ਹੈ, ਉਹਨਾਂ ਸਾਰਿਆਂ ਦਾ ਅੱਜ ਮੈਂ ਸੰਗਰੂਰ ਨਾਗਰਿਕ ਅਭਿਨੰਦਨ ਮੰਚ ਵੱਲੋਂ ਤਹਿ ਦਿਲੋਂ GIL ਕਹਿੰਦਾ ਹਾਂ, ਖੈਰ ਮੰਦਮ ਕਰਦਾ ਹਾਂ, ਉਹਨਾਂ ਦਾ ਬਹੁਤ
ਔਰ ਇਹ ਪਰਿਵਾਰ ਤੁਹਾਡੇ ਨਾਲ ਬੈਠ ਕੇ ਖੁਸ਼ੀ ਸਾਂਝੀ ਕਰ ਰਿਹਾ ਹੈ। ਬੀਬੀ ਜੀ ਬਾਰੇ ਔਰ ਭਗਤ ਪੂਰਨ ਸਿੰਘ ਜੀ ਬਾਰੇ ਮੇਰੇ ਤੋਂ ਪਹਿਲਾਂ ਸਾਡੇ ਸਟੇਜ ਪੱਤਰ ਸਾਹਿਬ ਨੇ ਬਹੁਤ ਹੀ ਵਿਸਤਾਰਪੂਰਵਕ ਦੱਸ ਦਿੱਤਾ ਹੈ। ਮੈਂ ਗੱਲ ਛੋਟੀ ਜਿਹੀ ਕਰਨਾ ਚਾਹਾਂਗਾ, ਇਸ ਸੰਸਥਾ ਦੇ ਨਾਲ ਇਸ ਪੁੱਲ ਦਾ ਉਹ ਵੀ 1976 ਤੋਂ ਲੈ ਕੇ 1980 ਤੱਕ ਭਗਤ ਜੀ ਦੀ ਸੇਵਾ ਵਿੱਚ ਰਹੇ, ਉੱਥੇ ਕਲਰਕ ਵੀ ਰਹੇ, ਉੱਥੇ ਮੈਨੇਜਰ ਵੀ ਰਹੇ, ਉੱਥੇ ਉਹਨਾਂ ਦੇ ਜੇਲ੍ਹ 'ਚ ਸੁੱਟ ਦਿੱਤਾ ਗਿਆ, ਕਿਸੇ ਨੂੰ ਕੋਈ ਉਮੀਦ ਨਹੀਂ ਸੀ ਕਿ ਫੁੱਲ ਬਹਾਰ ਆ ਜੂਗਾ। ਮੇਰੀ ਭੈਣ ਬੀਬੀ ਇੰਦਰਜੀਤ ਕੌਰ ਨੇ ਭਗਤ ਜੀ ਨੂੰ ਫੋਨ ਕੀਤਾ, ਭਗਤ ਜੀ ਨੂੰ ਦੱਸਿਆ ਕਿ ਫੁੱਲ ਦਾ ਟਾਂਡਾ ਲੱਗ ਗਿਆ ਹੈ, ਔਰ ਭਗਤ ਜੀ ਨੇ ਜਾ ਕੇ ਸੈਕਟਰੀ ਅੜੇ ਜਾ ਕੇ ਧਰਨਾ ਦੇ ਦਿੱਤਾ ਬਿਆਨ ਸਿੰਘ ਦੇ ਅੱਗੇ, ਤਾਂ ਜਾ ਕੇ ਫੁੱਲ ਸਾਹਿਬ ਟਾਂਡਾ ਹਟਿਆ। ਇਹ ਉਹ ਸ਼ਖਸੀਅਤ ਹੈ ਬੈਠੀ ਅੱਜ ਸਾਡੀ ਭੈਣ ਜਿਹਨੇ ਲੜੜੇ ਲੁੜਿਆ ਦਾ ਦੇ ਸਹਾਰਿਆ ਦਾ ਸਹਾਰਾ ਬਣ ਕੇ ਅੱਜ ਸੰਗਰੂਰ ਸ਼ਹਿਰ ਦਾ ਨਾਮ ਕਿਤੇ ਦੀ ਕਿਤੇ ਬਣਾ। ਬੀਬੀ ਜੀ ਸੱਤ ਸੀਚੇ ਵਾਲੇ ਆਏ ਨੇ, ਜਿਵੇਂ ਵੇਈ ਨਦੀ ਦਾ ਪ੍ਰੋਜੈਕਟ ਆਪਣੇ ਹੱਥ ਵਿੱਚ ਲਿਆ ਸੀ, ਔਰ ਉਸ ਨੂੰ ਕਿਉਂਕਿ ਇਸ ਤਰ੍ਹਾਂ ਪ੍ਰੋਜੈਕਟ ਨੂੰ ਲੈ ਕੇ ਲੇਬਰ ਚਾੜਿਆ, ਇੱਕ ਤੁਹਾਡੀ ਸੇਵਾ 'ਚ ਬੇਨਤੀ ਕਰਨ ਲੱਗਿਆ ਹਾਂ। ਸੰਗਰੂਰ ਦੇ ਮੇਰੀਆਂ ਮਹਾਨ ਸ਼ਖਸੀਅਤਾਂ ਬੈਠੀਆਂ ਨੇ, ਸਾਰੀਆਂ ਵੱਖ ਵੱਖ ਸੰਸਥਾ ਦੇ ਮੁਖੀ ਬੈਠੇ ਨੇ, 1900 ਤੋਂ ਮੁਕਤ ਕਰਾ ਦਿਓ। ਜਿਹੜੇ ਮੇਰੇ ਸਾਥੀ ਮੇਰੀ ਗੱਲ ਨਾਲ ਸਹਿਮਤ ਹੋਣ, ਉਹ ਹੱਥ ਚੱਕ ਕੇ ਮੇਰੇ ਨਾਲ ਜ਼ਰੂਰ ਸਾਂਝੀ ਗੱਲ ਕਰ ਲੈਣ ਕਿ ਗੱਲ ਠੀਕ ਹੈ ਜਾਂ ਨਹੀਂ ਹੈ। ਬਹੁਤ ਬਹੁਤ ਧੰਨਵਾਦ। ਮੇਰਾ ਕਹਿਣ ਤੋਂ ਭਾਵ ਹੈ, ਸਵੇਰੇ ਕੋਈ ਵੀ ਧਾਰਮਿਕ ਸੰਸਥਾ ਹੈ, ਚਾਹੇ ਕੋਈ ਕਲੱਬ ਹੈ, ਚਾਹੇ ਉਹ ਜਗਰਾਤਾ ਹੈ, ਚਾਹੇ ਉਹ ਡੀਜੇ ਹੈ, ਐਡੀ ਐਡੀ ਉੱਚਾ ਦੇ ਵਿੱਚ ਕੰਨਾਂ ਪਾੜਨੀਆਂ ਆਵਾਜ਼ਾਂ ਜਿਹੜੀਆਂ ਆਉਂਦੀਆਂ ਹਨ, ਇੱਕ ਮਰੀਜ਼ ਹਸਪਤਾਲ ਦੇ ਵਿੱਚ ਪਿਆ ਤੜਫ ਰਿਹਾ ਹੁੰਦਾ ਹੈ, ਉਹ ਆਵਾਜ਼ਾਂ ਕਿਸ ਕੰਮ ਦੀਆਂ? ਅੱਜ ਅਸੀਂ ਵੀ ਇੱਥੇ ਫੰਕਸ਼ਨ ਕਰ ਰਹੇ ਹਾਂ, ਸਾਡੀ ਇਸ ਫੰਕਸ਼ਨ ਦੀ ਆਵਾਜ਼ ਸਿਰਫ ਪੈਲਸ ਤੱਕ ਸੀਮਤ ਹੈ। ਕੋਈ ਅਸੀਂ ਬਾਹਰ ਲਾਊਡ ਸਪੀਕਰ ਨਹੀਂ ਲਾਏ, ਕੋਈ ਬਾਹਰ ਬੜੇ ਬੜੇ ਅਸੀਂ ਉਹ ਨਹੀਂ ਲਾਏ ਕਿ ਕੰਨ ਪਾੜਨ ਵਾਲੀਆਂ ਆਵਾਜ਼ਾਂ। ਮੇਰਾ ਕਹਿਣ ਤੋਂ ਭਾਵ ਹੈ, ਬੀਬੀ ਜੀ ਤੁਸੀਂ ਇੱਕ ਇਹ ਪ੍ਰੋਜੈਕਟ ਲਾਓ ਅੱਗੇ, ਅਸੀਂ ਸਾਰੇ ਸ਼ਹਿਰ ਵਾਸੀ ਤੁਹਾਡੇ ਨਾਲ ਹਾਂ, ਤੁਸੀਂ ਇਸ ਨੂੰ ਆਈਆਂ ਸੰਸਥਾ ਦੇ ਮੁਖੀਆਂ ਦਾ, ਸਾਰੇ ਆਏ ਹੋਏ MC ਸਾਹਿਬਾਨ ਦਾ, ਸਾਰੇ ਆਏ ਹੋਏ ਲੀਡਰ ਸਾਹਿਬਾਨ ਦਾ, ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸੰਗਰੂਰ ਦੇ ਇਤਿਹਾਸ ਦੇ ਵਿੱਚ ਪਹਿਲਾ ਮੌਕਾ ਹੈ ਕਿ 52 ਜਥੇਬੰਦੀਆਂ ਇੱਕੋ ਤਰੇੜ ਫਰ 'ਤੇ ਇਕੱਠੀਆਂ ਹੋਈਆਂ ਨੇ। ਅਸੀਂ ਜਦੋਂ ਇਹ ਗੱਲ ਚੱਲੀ ਸੀ, ਕਿੱਥੋਂ ਥੋੜ੍ਹੀ ਜਿਹੀ ਗੱਲ ਕਰਕੇ ਸੰਖੇਪ ਕਰਕੇ ਆਪਣਾ ਥਾਂ ਲਵਾਂਗਾ, ਅਸੀਂ ਹਰ ਸਾਲ ਫੁੱਲ ਸਾਹਿਬ ਦੀ ਰਹਿਨੁਮਾਈ ਹੇਠ 2-3 ਬੱਸਾਂ ਲੈ ਕੇ ਹਰ ਸਾਲ ਭਗਤ ਜੀ ਦੀ ਬਰਸੀ 'ਤੇ ਅੰਮ੍ਰਿਤਸਰ ਜਾਂਦੇ ਹਾਂ। ਮੈਂ ਥੋੜ੍ਹਾ ਜ਼ਿਕਰ ਕੀਤਾ ਫੁੱਲ ਸਾਹਿਬ ਕੋਲੇ ਕਿ ਅਸੀਂ ਜਿਹੜਾ ਬੀਬੀ ਜੀ ਨੂੰ ਮਾਣ ਸਨਮਾਨ ਮਿਲਿਆ ਹੈ ਕਿ ਆਪਾਂ ਉਹਨਾਂ ਦਾ ਫੰਕਸ਼ਨ ਕਰੀਏ। ਇਹਨਾਂ ਨੇ ਆ ਕੇ ਗੱਲ ਕਰੀ ਦਲਜੀਤ ਸਿੰਘੋ ਨਾਲ, ਇਹਨਾਂ ਨੇ ਗੱਲ ਕਰੀ SDO ਸਾਹਿਬ ਨਾਲ, ਜਿਹਨਾਂ ਨਾਲ ਗੱਲ ਕਰਦੇ ਗਏ ਹਰੇਕ ਬੰਦੇ ਨੇ ਹੁੰਗਾਰਾ ਭਰਿਆ, ਹਰੇਕ ਜਥੇਬੰਦੀ ਨੇ ਹੁੰਗਾਰਾ ਭਰਿਆ। ਸਨਮਾਨ ਸਮਾਰੋਹ ਵਿੱਚ ਜਿਸ ਵਿੱਚ ਮੇਰੀ ਛੋਟੀ ਭੈਣ ਡਾਕਟਰ ਇੰਦਰਜੀਤ ਕੌਰ ਜੀ ਦਾ ਮਾਨਯੋਗ ਰਾਸ਼ਟਰਪਤੀ ਮੋਹਿਤਮਾ ਪ੍ਰਿਤਪਾ ਪਾਟਿਲ ਜੀ ਨੇ ਪਦਮ ਭੂਸ਼ਣ ਨਾਲ ਮੈਂ 7-9 ਸਤਿਮ ਜੀ ਨੇ ਲਏ ਨੇ। ਇੱਕ ਤਾਂ ਮੇਰੇ ਵੀਰ ਸਰਦਾਰ ਦੇ ਸਤਿਕਾਰਯੋਗ ਸਵਰਗਵਾਸੀ ਪਿਤਾ ਡਾਕਟਰ ਹਰਬੰਸ ਸਿੰਘ ਜੀ ਪੂਰਨ ਗੁਰਸਿੱਖ ਸਨ। ਇਤਫਾਕ ਹੈ ਕਿ ਜਥੇਬੰਦੀਆਂ 52 ਹਨ। ਡਾਕਟਰ ਇੰਦਰਜੀਤ ਕੌਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਜਿਹੜੇ ਸ਼ਾਇਰ ਸਨ ਉਹਨਾਂ ਦੀ ਗਿਣਤੀ ਵੀ 52 ਸੀ। ਇਹ ਬੜਾ ਗੁਰਸੀਲ ਇਤਫਾਕ ਹੈ। ਇਸ ਲਈ ਮੈਂ ਆਪਣੀ ਛੋਟੀ ਭੈਣ ਨੂੰ ਬਹੁ ਵਚਨ ਨਾਲ ਹੀ ਸੰਬੋਧਨ ਕਰਾਂਗਾ। ਡਾਕਟਰ ਇੰਦਰਜੀਤ ਕੌਰ ਜੀ ਨੂੰ ਇਹ ਸਨਮਾਨ ਮਿਲਿਆ ਹੈ, ਠੀਕ ਕਿਹਾ ਸੀ, 100 ਕਰੋੜ ਤੋਂ ਵੱਧ ਆਬਾਦੀ ਹਿੰਦੁਸਤਾਨ ਦੀ, ਪੂਰੇ ਭਾਰਤ ਵਰਸ਼ ਵਿੱਚੋਂ ਇਹ ਸਨਮਾਨ ਕਿਸੇ ਕਿਸੇ ਨੂੰ ਮਿਲਦਾ ਹੈ, ਸਾਡੇ ਸ਼ਹਿਰ 'ਚ ਪਹਿਲੀ ਵਾਰੀ ਮਿਲਿਆ। ਸਨਮਾਨ ਬਹੁਤ ਵੱਡਾ ਹੈ। ਮੈਂ ਸਰਕਾਰ ਵਿੱਚ ਵੀ ਰਿਹਾ, ਸਨਮਾਨ ਕਿਵੇਂ ਮਿਲਦੇ ਨੇ? ਕੁਛ ਸਵਾਸਾਂ, ਕੁਛ ਤਿਗੜਮਬਾਜ਼ੀ, ਕੁਛ ਹੋਰ ਤਰ੍ਹਾਂ ਦੇ ਕਾਮਯਾਬ ਹੋ ਜਾਂਦੇ ਨੇ, ਪਰ ਮੈਂ ਪੂਰੀ ਜ਼ਿੰਮੇਵਾਰੀ ਦੇ ਨਾਲ ਕਹਿਣਾ ਔਰ ਖੁਸ਼ੀ ਦੇ ਨਾਲ
ਕਿ ਡਾਕਟਰ ਇੰਦਰਜੀਤ ਕੌਰ ਨੂੰ ਮਿਲਿਆ ਹੈ, ਇਹਨਾਂ ਦੀ ਸੇਵਾ ਕਰਕੇ ਮਿਲਿਆ ਕਿਸੇ ਤਿਗੜ ਨੂੰ। ਡਾਕਟਰ ਇੰਦਰਜੀਤ ਕੌਰ ਜੀ ਚੰਗੇ ਭਲੇ ਡਾਕਟਰ ਸਨ, ਅਸੀਂ ਆਰਟਸ ਪੜ੍ਹਦੇ ਸੀ। ਮੈਂ ਜਿਹੜੀ ਗੱਲ ਕਹਿਣ ਲੱਗਿਆ ਕਾਂਗਲਾ ਸਾਹਿਬ ਧਿਆਨ ਨਾਲ ਸੁਣ। ਇੱਕ ਸਮਾਗਮ ਵਿੱਚ ਮੈਂ ਗਿਆ, ਸ਼ੁਰੂ ਵਿੱਚ ਕਿਸੇ ਦਾ ਵਿਆਹ ਸੀ। ਜਦੋਂ ਬਾਹਰ ਆਏ ਆਨੰਦ ਕਾਰਜਾਂ ਤੋਂ ਬਾਅਦ, ਡਾਕਟਰ ਇੰਦਰਜੀਤ ਕੌਰ ਦੇ ਹੱਥ ਵਿੱਚ ਬਾਟਾ ਜਾਂ ਠੂਠਾ ਕਹਿ ਲਿਓ ਫੜਿਆ ਹੋਇਆ ਬਾਹਰ ਖੜੇ। ਇਲਾਕੇ ਦੀਆਂ ਮਹਾਨ ਸ਼ਖਸੀਅਤਾਂ, ਸੰਗਰੂਰ ਦੇ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਦੇ ਆਗੂ ਸਾਹਿਬਾਨ, ਆਪਾਂ ਅੱਜ ਬਹੁਤ ਹੀ ਖੁਸ਼ੀ ਦੇ ਮਾਹੌਲ ਵਿੱਚ ਇਕੱਤਰ ਹੋਏ ਹਾਂ। ਮੇਰੇ ਸਤਿਕਾਰਯੋਗ ਭੈਣ ਬੀਬੀ ਇੰਦਰਜੀਤ ਕੌਰ ਜੀ, ਜਿਨ੍ਹਾਂ ਨੇ ਸਾਡੇ ਇਲਾਕੇ ਦਾ ਖਾਸ ਕਰਕੇ ਆਪਣਾ ਜੀਵਨ ਉੱਤੇ ਇੱਕ ਬਹੁਤ ਵੱਡਾ ਨਾਂ ਖੱਟਿਆ। ਸਾਰਿਆਂ ਤੋਂ ਪਹਿਲਾਂ ਫਤਿਹ ਸਾਹਿਬ ਜੀ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਗੱਲਾਂ ਨੇ ਜਿਹੜੀਆਂ, ਕਿਉਂਕਿ ਸਮਾਂ ਵੀ ਸਟੇਜ ਸੈਕਟਰੀ ਸਾਹਿਬ ਨੇ ਸੀਮਾ, ਕਿਉਂਕਿ ਹੋਰ ਵੀ ਆਗੂ ਸਾਹਿਬਾਨ ਨੇ ਬੋਲਿਆ ਹੈ। ਬੀਬਾ ਜੀ ਨੇ ਜਿੱਥੇ ਲੋਕਾਂ ਦੀ ਸਾਹ ਵਾਰਨਾ ਸਾਰਿਆਂ ਨੂੰ ਵੱਡੀ ਗੱਲ ਹੈ, ਉਹ ਬੀਬਾ ਜੀ ਨੇ ਸਾਡੇ ਲਈ। ਮੈਂ ਥੋੜ੍ਹੀ ਜਿਹੀ ਹੋਰ ਬੜੋਤਰੀ ਕਰਦਾ ਹੋਇਆ ਵੀ ਇਸਤਰੀ ਜਾਤੀ ਲਈ ਬਹੁਤ ਵੱਡਾ ਇੱਕ ਚਾਨਣ ਮਨਾਰੇ ਵਾਲੀ ਗੱਲ ਹੈ ਜਿਹੜੀ ਉਹ ਕੀਤੀ ਹੈ। ਦੋ ਗੱਲਾਂ ਸਾਡੇ ਅੱਜ ਸਾਹਮਣੇ ਨੇ, ਇੱਕ ਪਾਸੇ ਬੀਬਾ ਜੀ ਦਾ ਜੀਵਨ, ਇੱਕ ਪਾਸੇ ਉਸ ਸੱਚ ਨੂੰ ਉਜਾਗਰ ਕਰਨ ਲਈ ਦੁਨੀਆਂ ਦੀਆਂ ਏਜੰਸੀਆਂ, ਦੁਨੀਆਂ ਦੇ ਲੋਕ, ਦੁਨੀਆਂ ਦੀਆਂ ਕੋਰਟਾਂ, ਦੁਨੀਆਂ ਦੇ ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਇਹ ਕਹਿ ਕਹਿ ਕੇ ਪੁਕਾਰ ਰਹੇ, ਬਹੁਤ ਵੱਡਾ ਜ਼ੁਲਮ ਹੈ। ਅਸੀਂ ਇਹ ਗੱਲ ਸੋਚਦੇ ਹੋਏ ਵੀ ਦੂਜੇ ਲਈ ਸਾਰਿਆਂ ਤੋਂ ਪਹਿਲਾਂ ਕਿਰਤ ਕਰ, ਨਾਮ ਜਪ, ਵੰਡ ਛਕ। ਸ਼ਹਿਰ ਦੇ ਇਤਿਹਾਸ ਵਿੱਚ ਬਹੁਤ ਹੀ ਮਾਣ ਵਾਲੇ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਬੈਠੀ ਮੇਰੀ ਵੱਡੀ ਭੈਣ ਡਾਕਟਰ ਇੰਦਰਜੀਤ ਕੌਰ ਜੀ, ਉਹਨਾਂ ਦੇ ਸਾਰੇ ਸਟਾਫ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ, ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਆਗੂ ਸਾਹਿਬਾਨ, ਜਿਹੜੇ ਸੰਗਰੂਰ ਨਾਲ ਸੰਬੰਧਿਤ ਜਥੇਬੰਦੀਆਂ 52 ਦੇ ਆਗੂ ਵਰਕਰ ਸਾਹਿਬਾਨ ਇਹ ਸਨਮਾਨ ਕਰ ਰਹੇ ਨੇ, ਉਹਨਾਂ ਸਾਰਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਨਹਿਰੀ ਪੀਰ ਹੈ ਜ਼ਿੰਦਗੀ ਦਾ, ਬੀਬੀ ਜੀ ਦਾ, ਆਪ ਵਿੱਚ ਹਾਜ਼ਰ ਨੇ। ਔਰ ਇਹ ਵੀ ਸਮਝਣਾ, ਮੈਂ ਮੈਨੂੰ ਇਹ ਕਰਾ ਕੇ ਵਡਿਆਈ ਬਹੁਤੇ ਖੁਸ਼ ਨਹੀਂ ਸੀ ਹੁੰਦੇ, ਲੇਕਿਨ ਇਹ ਤਾਂ ਆਪਾਂ ਮੋੜਵੇਂ ਰੂਪ ਵਿੱਚ ਸੰਸਥਾ ਨੂੰ ਸ਼ਕਤੀ ਦੇ ਰਹੇ ਹਾਂ, ਉਹਨਾਂ ਦੇ ਰਾਹੀਂ ਮਨੁੱਖਤਾ ਦੇ ਭਲੇ ਲਈ, ਮਨੁੱਖਤਾ ਤੋਂ ਵੀ ਅੱਗੇ ਨਕਾਰੇ ਲੋਕਾਂ ਲਈ ਜਿਹਨਾਂ ਦਾ ਕੋਈ ਨਹੀਂ, ਉਹਨਾਂ ਲਈ ਕੰਮ ਕਰ ਰਹੇ ਹਾਂ। ਅਤੇ ਇਹਨਾਂ ਦੇ ਕੰਮ ਨੂੰ ਰਾਸ਼ਟਰਪਤੀ ਜੀ ਨੇ ਰਿਕੋਗਨਾਈਜ਼ ਕਰਕੇ ਇਹ ਦੱਸ ਦਿੱਤਾ ਹੈ ਕਿ ਚੰਗਾ ਕੰਮ ਕਰਦੇ ਜਾਓ, ਲੋਕ ਆਪਣੇ ਆਪ ਮੰਗਰ ਤੁਰੇ ਹੋਣਗੇ, ਇਹ ਸਨਮਾਨ ਮਗਰ ਚੱਲੇ ਆਉਂਦੇ ਨੇ। ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਰਜਿੰਦਰ ਸਿੰਘ ਕਾਂਗਲਾ ਜੀ ਦਾ, ਸਰਦਾਰ ਸਰਦੇਵ ਸਿੰਘ ਢੀਂਡਸਾ ਜੀ ਦੇ ਹੋਰ ਹੱਥ ਪੁੱਤਰ, ਕੈਬਨਿਟ ਮੰਤਰੀ ਪੰਜਾਬ ਸਰਕਾਰ ਆਪਣੀਆਂ ਜੇਬਾਂ 'ਚੋਂ ਪੂਲੀ ਪੂਲੀ ਇਕੱਠੀ ਕਰਕੇ, ਇੱਕ ਇੱਕ ਪੈਸਾ ਇਕੱਠਾ ਕਰਕੇ, ਬੀਬੀ ਇੰਦਰਜੀਤ ਕੌਰ ਜਿਨ੍ਹਾਂ ਨੇ ਆਪਣੀ ਸਾਰੀ ਦੇਸ਼ ਦੀ ਆਨ ਅਤੇ ਸ਼ਾਨ ਦੀ ਪ੍ਰਤੀ, ਡਾਕਟਰ ਇੰਦਰਜੀਤ ਕੌਰ ਜੀ ਅਤੇ ਸਹਾਇਕ ਕੁਮਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵਾਰਸ ਪੁੱਤਰ ਦੇ ਧੀਓ, ਸਭ ਤੋਂ ਪਹਿਲਾਂ ਗੱਜ ਵੱਜ ਕੇ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਇੰਦਰਜੀਤ ਕੌਰ ਜੀ ਦੇ ਜੀਵਨ ਦੇ ਉੱਤੇ ਸਭ ਤੋਂ ਵੱਡੀ ਜਿਹੜੀ ਸ਼ਾਤ ਹੈ,
ਉਹ ਮਾਮਾ ਸ਼ਹੀਦ ਸੰਤ ਹਰਜਨ ਸਿੰਘ ਲੰਗੋਵਾਲ ਜੀ ਦੀ ਉਹਨਾਂ ਤੋਂ ਉਪਰੰਤ ਜਿਉਂਦਿਆਂ ਵੀ ਉਹਨਾਂ ਦੇ ਭਗਤ ਪੂਰਨ ਸਿੰਘ ਜੀ ਦੀ ਸ਼ਖਸੀਅਤ ਦਾ ਐਸਾ ਅਸਰ ਇਹਨਾਂ 'ਤੇ ਪਿਆ ਕਿ ਆਪਣੇ ਸੁਖ ਰਾਮ ਛੱਡ ਕੇ ਫਕੀਰੀ ਦੇ ਰਸਤੇ 'ਤੇ ਚੱਲ ਪਏ। ਅੱਜ ਇਹਨਾਂ ਨੂੰ ਜੋ ਦੇਸ਼ ਦੇ ਰਾਸ਼ਟਰਪਤੀ ਬੀਬੀ ਪਾਟਲ ਜੀ ਹੋਣਾ ਵੱਲੋਂ ਸੰਗਰੂਰ ਵਾਲਿਆਂ ਦਾ ਸਨਮਾਨ ਨਹੀਂ ਪੂਰੇ ਦੇਸ਼ ਦੇ ਪੰਜਾਬ ਦੀ ਇਸਤਰੀ ਜਾਤੀ ਦਾ ਉੱਚਾ ਤੇ ਸੁੱਚਾ ਸਨਮਾਨ ਹੈ ਜਿਸ ਨੂੰ ਆਪਣੀ ਸੇਵਾ ਦੁਆਰਾ ਡਾਕਟਰ ਇੰਦਰਜੀਤ ਕੌਰ ਜੀ ਨੇ ਹਾਸਲ ਕੀਤਾ। ਬਹੁਤ ਗੱਲਾਂ ਕਰਨ ਦਾ ਸਮਾਂ ਨਹੀਂ, ਮੈਂ ਤਾਂ ਇੱਕੋ ਗੱਲ ਮਹਿਸੂਸ ਕਰਦਾ ਔਰ ਜਿੰਨੀ ਕੁ ਆਜੂ ਹੈ ਉਹਦੇ ਵਿੱਚ ਬੀਬੀ ਜੀ ਉਹਨਾਂ ਦੇ ਨਾਲ ਇਹਨਾਂ ਦੇ ਪਿਤਾ ਜੀ ਦੇ ਡਾਕਟਰ ਹਰਬੰਸ ਸਿੰਘ ਜੀ ਉਹਨਾਂ ਦੇ ਸਾਏ ਥੱਲੇ ਵਿਚਰਨ ਦਾ ਮੌਕਾ ਮਿਲਿਆ ਅਤੇ ਜੋ ਕ੍ਰਿਸ਼ਮਈ ਤਬਦੀਲੀ ਇਹਨਾਂ ਦੇ ਜੀਵਨ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵਰਦਾਨ ਇਹਨਾਂ ਨੂੰ ਦੇ ਕੇ ਨਵਾਜਿਆ, ਇਹ ਵਿਲੱਖਣ ਸ਼ਖਸੀਅਤ ਨੇ ਜਿਹੜਾ ਇਹਨਾਂ ਦੇ ਹਿੱਸੇ ਆਇਆ। ਤੋ ਐਸੀ ਸ਼ਖਸੀਅਤ ਨੂੰ ਸਤਿਗੁਰੂ ਖਾਸ ਤੌਰ 'ਤੇ ਇਸਤਰੀ ਜਾਤੀ ਦੀ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਵੀ ਪਾਉਂਦੇ ਹੈ ਔਰ ਇਸਤਰੀ ਜਾਤੀ ਨੂੰ ਨਿੱਘੇ ਅਤੇ ਨਰੋਈ ਅਗਵਾਈ ਵੀ ਦਿੰਦੇ ਰਹਿਣ। ਇਸ ਮੁਬਾਰਕ ਮੌਕੇ 'ਤੇ ਬੀਬੀ ਜੀ ਹੋਣਾ ਮੈਂ ਸਾਰੀ 52 ਜਥੇਬੰਦੀਆਂ ਦੇ ਪ੍ਰਧਾਨ ਸਾਹਿਬਾਨ ਦਾ, 71 ਸਾਹਿਬਾਨ ਦਾ, ਜਿਹਨਾਂ ਨੇ ਸਾਨੂੰ ਠੰਡ ਵਜੋਂ ਵੀ ਅਤੇ ਅੱਜ ਗਿਣਤੀ ਪੱਖੋਂ ਵੀ ਸਾਡਾ ਸਿਰ ਉੱਚਾ। ਸਿਰਫ ਦੋ ਕੁ ਬੁਲਾਰੇ ਹੈਗੇ, ਉਸ ਤੋਂ ਬਾਅਦ ਬੀਬੀ ਜੀ ਬੋਲਣਗੇ। ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਜੀ ਜੋ ਸ਼ਹੀਦ ਸੰਤ ਬਾਬਾ ਹਰਚੰਦ ਸਿੰਘ ਜੀ ਦੇ ਗੱਦੀ ਨਸ਼ੀਨ ਹਨ ਅਤੇ ਆਪ ਪਰਮ ਸਤਿਕਾਰਯੋਗ ਸਾਡੇ ਸ਼ਹਿਰ ਸੰਗਰੂਰ ਦਾ ਮਾਣ ਡਾਕਟਰ ਬੀਬੀ ਇੰਦਰਜੀਤ ਕੌਰ ਜੀ ਅਤੇ ਸਮੁੱਚੀਆਂ ਇਸ ਮਹਾਨ ਸਮਾਰੋਹ ਦੇ ਵਿੱਚ ਪਹੁੰਚੀਆਂ ਹੋਈਆਂ ਸਮਾਜਿਕ ਕੀਮਤ। ਸਭ ਤੋਂ ਪਹਿਲਾਂ ਮੈਂ ਸਾਰੇ ਸੰਗਰੂਰ ਦੀਆਂ ਉਪਰਾਲਾ ਕੀਤਾ ਕਿਉਂਕਿ ਡਾਕਟਰ ਬੀਬੀ ਇੰਦਰਜੀਤ ਕੌਰ ਜੀ ਨੂੰ ਸਨਮਾਨ ਦਾ ਜਿਹੜਾ ਹੈ ਮਾਣ ਪ੍ਰਾਪਤ ਹੋਇਆ ਔਰ ਮੈਨੂੰ ਪਹਿਲਾਂ ਵੀ ਸਾਰੇ ਬੁਲਾਰੇ ਸੱਜਣਾ ਨੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਗੁਣਾਂ ਬਾਰੇ ਬਹੁਤ ਕੁਝ ਦੱਸਿਆ ਹੈ। ਮੈਂ ਸਮਝਣਾ ਸਭ ਤੋਂ ਵੱਡਾ ਜਿਹੜਾ ਇਹਨਾਂ ਦੇ ਉੱਤੇ ਜੀਵਨ ਅਤੇ ਛਾਇਆ ਬਚਪਨ ਵਿੱਚ ਪਿਆ ਤਾਂ ਉਹਨਾਂ ਦੇ ਇਹਨਾਂ ਦੇ ਪਿਤਾ ਜੀ ਬਹੁਤ ਹੀ ਸਤਿਕਾਰਯੋਗ ਡਾਕਟਰ ਹਰਬੰਸ ਸਿੰਘ ਜੀ, ਜਿਸ ਤਰ੍ਹਾਂ ਮੈਂ ਸਾਰੀਆਂ ਇਹਨਾਂ ਤੋਂ ਗੱਲਾਂ ਚਾਹੁੰਦਾ ਅਤੇ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਇਹਨਾਂ ਨੂੰ ਕਿ ਇਹਨਾਂ ਨੇ ਬਚਪਨ ਵਿੱਚ ਹੀ ਉਹਨਾਂ ਨੇ ਔਰ ਸੇਵਾ ਭਾਵਨਾ ਦਾ ਜਿਹੜਾ ਹੈ ਸੰਕਲਪ ਸੀ ਔਰ ਸਿੱਖੀ ਪੰਥ ਦੀ ਸੇਵਾ ਇਹ ਸਾਰਾ ਕੁਝ ਇਹਨਾਂ ਨੂੰ ਬਚਪਨ ਦੇ ਵਿੱਚੋਂ ਹੀ ਆਪਣੇ ਪਿਤਾ ਜੀ ਪਾਸੋਂ ਮਿਲਿਆ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਪੁਰਾਣੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਦੇ ਨਾਲ ਪਿਤਾ ਜੀ ਨੂੰ ਦੇ ਸੰਪਰਕ 'ਚ ਰਹਿ ਕੇ ਉਹਨਾਂ ਦੇ ਮਨ ਵਿੱਚ ਵੀ ਹਮੇਸ਼ਾ ਆਪਣੇ ਮਾਤਾ ਪਿਤਾ ਤੋਂ ਮਿਲਦੇ ਨੇ। ਹਰ ਮਨੁੱਖ ਦੇ ਵਿੱਚੋਂ ਜੋ ਮਾਤਾ ਪਿਤਾ ਦੇ ਗੁਣ ਮਿਲਣ ਉਹ ਸਾਡੇ ਜੀਵਨ ਦੇ ਉੱਤੇ ਸਾਰੇ ਜੀਵਨ ਦੇ ਉੱਤੇ ਉਹ ਰਹਿੰਦੇ ਨੇ। ਕੁਛ ਸਾਨੂੰ ਗੁਣ ਜਿਹੜੇ ਨੇ ਆਪਣੇ ਸਮਾਜ ਦੇ ਵਿੱਚੋਂ ਚੰਗੇ ਮਨੁੱਖਾਂ ਦੀ ਜਿਨ੍ਹਾਂ ਦਾ ਪਹਿਲਾਂ ਵੀ ਇਹਨਾਂ ਦੇ ਪਿਤਾ ਜੀ ਨੂੰ ਪਤਾ ਸੀ ਕਿ ਐਸੇ ਮਹਾਂਪੁਰਸ਼ ਜਿਹੜੇ ਨੇ ਉਹਨਾਂ ਦਾ ਬੱਚਿਆਂ ਦੇ ਉੱਤੇ ਬੜਾ ਪ੍ਰਭਾਵ ਪੈਂਦਾ ਉਹਨਾਂ ਆਉਣਾ ਜਾਣਾ ਸੀ। ਸੋ ਉੱਤੋਂ ਜਿਹੜੇ ਹੋਰ ਇਹਨਾਂ ਦੇ ਜੀਵਨ ਦੇ ਵਿੱਚ ਜਿਹੜਾ ਰੰਗ ਸੀ ਸੇਵਾ ਦਾ ਉਹ ਪਰਿਪੱਕ ਹੋਇਆ ਅਤੇ ਉਹ ਇਹਨਾਂ ਤੋਂ ਹੋਇਆ ਕਿ ਭਗਤ ਪੂਰਨ ਸਿੰਘ ਦੀ ਜੀਵਨ ਜੇ ਆਪਾਂ ਦੇਖੀਏ ਤਾਂ ਬਹੁਤ ਵੱਡਾ ਮਹਾਨ ਜੀਵਨ ਹੈ। ਉਹਨਾਂ ਨੇ ਹਮੇਸ਼ਾ ਮਾਨਵਤਾ ਦੀ ਸੇਵਾ ਕੀਤੀ ਹੈ, ਗਰੀਬਾਂ ਨਾਥਾਂ ਦੀ ਸੇਵਾ ਕੀਤੀ ਹੈ। ਜੋ ਸਾਨੂੰ ਗੁਰਬਾਣੀ 'ਚੋਂ ਸੰਦੇਸ਼ ਮਿਲਦਾ
पैसे लगे जो सेवा है उन्हें खून के विच रच गई जो अच ये मान प्राप्त होया है सब इन्होंने महान शख्सियत करके हो पिता जी करके कि माता जी करके और भगत पूर्ण जी पूर्ण सिंह जी ने करके और इसे करके सतवा पातशाह सिंह लोगों आज भी करते सो अच गई फिर जो पिंगर पाले संथावान होकर बताया इतना बड़ा मान प्राप्त हो सो जो इतने ब्रांच पी है यदा मान जिते अपने इलाके में होया मैं समझा वही देन जी है ये बीबी जी और भैन जी की है सो इस करके इसका सतगुरु की अरदास करते हैं कि परमात्मा इन्होंने होर बल से बुद्धि बख्शे इस तरह मानवता की सेवा करते रहे गरीबा नाथा की समाज की सेवा कर होर भी इन्हों बे जे मान ने वह प्राप्त हो यही आस है फिर मैं और सारिया जथेबंदियों का धन्यवाद करता हुआ भैन दलपिंद जी जी को बधाई दिता हाँ वाहेगुरू जी का खालसा वाहेगुरू जी मैं धन्यवाद करता हाँ किसी मैंबर साहबान घराचों जी सिंह ढींसा जी का गल हुई मैं बेनती करांगा पंजाब के PWD मिनिस्टर ते असी आस भी करांगे मैं बोलने तो पहले ही गल करदे हां बहुत ही सत्कारयोग अते माता समान डॉक्टर बीबी इंद्रजीत कौर जी अते इस समागम दे विच होर वख-वख समाज सेवी अते सियासी जथेबंदियां दे आगू साहिबान अते शहर दे अतुरते सज्जन इस समूह नागरिक सारे सब तो पहला फतेह अर्ज करदा वाहिगुरू जी का खालसा वाहिगुरू जी की फतह इस समूह शहर वासियों वास्ते एक बहुत ही खुशी के माण की गल है कि अज आप उस व्यक्ति का उस इंसान का अभिनंदन करते इकट्ठे हुए हैं जिन्हों जो आप कही कि एक दूजी मदर टेरेसा है तो इस कोई अंतर नहीं हो उन्होंने जीवन की देन जिस तरीके भगत पूर्ण सिंह जी ने मिशन उन्होंने अगे चलाया अते होर बुलंदियों से लेके गए थे और लोक सेवा का एक बहुत ही बड़ा जिहड़ा नमूना है उदाहरण है सिर्फ अपने देश वास्ते नहीं बल्कि समुची दुनिया वास्ते मैं गल महसूस करता कि किसी भी व्यक्ति वास्ते जिहड़ा सुख सुविधावान त्याग के इस रस्ते को अपना कोई छोटी गल नहीं उही व्यक्ति एक कर सकता जिसका दिल से मन सोने का होगा तो मैं ये समझदा कि जो बीबी जी की सेवा है वो बड़े बड़े संतां महापुरखों नालों भी ज्यादा है क्योंकि असली इंसानियत की मनुखता की सेवा है वह उस परमात्मा के प्यार का आशीर्वाद का हकदार बनता है तो आप जाके देखिए कि किस तरह के लोगों की किस तरह के बच्चों की किस तरह से बीबिया की उत्तर सेवा होती है तो बंदे नूं देख के अखां विच पानी आ जाता है तो उन्होंने बच्चों नालों वध सेवा करनी अपने माँ बाप नालों वध सेवा करनी यह अपने आप विच एक बहुत वड्डी गल है इस गल नूं शब्दों के बिठान नहीं किया जा सकता तो जिहड़ा ये माण मिले मैं समझदा ये उस तो भी वड्डे माण के हकदार भगत पूर्ण सिंह जी उन्होंने जीवन के आप सारे समझते हैं कि उन्होंने जिते वे माण सम्मान दुनिया पर अब बीबी जी भी शायद ही कोई अज इस देश में ऐसा व्यक्ति है जिहड़ा इन्होंने वर्ग सेवा कर रहा निष्काम सेवा कर रहा तो इसलिए असीं तां यही समझते हैं कि इस तो भी वड्डे माण सम्मान के हकदार ने पर जो भी इन्हों मिले वो गल ही सानू फिर भी जिहड़ा है धन्यवाद करना बनता है सरकार का भी मेहर आए दोस्त आए इन्हों की देन पछाणे हैं तो अपनी भी सारे अपने समझ दिखती है कि आप इन्हों के मिशन के खास तौर पर संगरूर वासियों की
कि जिन्नी भी हो सके आप अपना हिस्सा पाइए। तो मैं आपके वालों पिछा साहब वालों जोड़ा है पूरा विश्वास दवाना भी हर तरह की असी जी सेवा वास्ते हाजिर हैं। फिक्र वाले संस्था की वास्ते कदे भी किसी तरीके का भी जो सा एक हुक्म कर दिए पहला भी कदे करते रहे हैं। साड़ी कोशिश है भी वो हुक्मों से असं पुरुष चढ़ाईए। तो मैं फिर सारे शहर वासियों का सारिया जथेबंदियों का धन्यवाद करना कि उन्होंने इस संबंध में जोड़ा है बहुत बड़ा एक कदम किया है। तो मैं गुर साहब कह के गए हैं कि कोई निकल वाले वास्ते जरूर तो मैं तो यह चाहता सी भी ये जो नहीं अनाउंस किया जाता कोई आपके गुरुओं की सेवा जी बढ़िया होंगी है पर फिर भी मैं आपके वालों निजी तौर पर 1,00,000 रुपया जो निकल वाले वास्ते देता कोई मैं समझा कोई बड़ी वीडी सेवा नहीं है तो सा फर्ज बनता है इस तो ज्यादा जी है कर्ज बढ़ती है। तो मैं जोड़ा है इन्हीं शब्दों के नाल जो है सारी आई संगत का धन्यवाद करना नाल बधाई देना फिर यहाँ साफ सफाई सारिया जथेबंदियों जिन्होंने एक बहुत ही वधिया उसम किया है। सिरसा साहब वालों धन्यवाद करता उन्होंने जिम्मे सिंह साहब ने दसिया मजबूरी करके वो नहीं पहुँच सके उन्होंने मेरी चेचे तौर पर ड्यूटी लाई है। इन शब्दों फिर बीबी जी बहुत बहुत बधाई देता हुआ सेवा दर्शकों लाओ बजे वाहगुरू जी का खालसा वाहगुरू जी। मैं धन्यवाद करना हाँ पंजाब सरकार ने कैबिनेट सुरजीत सिंह गांधी जी तरलोचन सिंह चीमा जी जिहड़े सरप्रस्त पिंगलवाड़ा ने नरपाल सिंह रिटायर CMO जी पाली राम बांसल जी प्रिंसी देणगे अभिनंदन मंच संगरूर विशेष तौर पर खुशी प्राप्त कर रहा है। उन्हें आ जाओ उपर राजेंद्र सिंह कांगड़ा जी को भी उपर आने की बेनती है। तो नंबर दो मैं एक बेनती कर दिया बीबी जी कहते भी मेरी यह बेनती है भी मेरे नाल सम्मान लैन मेरे पिंगलवाड़े के ट्रस्टी आदमी आवे चलो असी थोड़ी जी हुक्म है वह सिर मत्थे अभिनंदन मंच वालों मैंबर हैं वो आके इस समागम के वालों जिन्हें भी संगरूर के पतवंते लीडर साहबान बैठे हैं 50 जथेबंदियों वालों जोड़ा मोमेंटो है वह अपनी झोली पाओ उस बाद बीबी जी अपने विचार रखे बीबी इंद्रजीत कौर हाँ बाहू प्रकाश चंद गर्ग जी रहे हल्का इंचार्ज वो भी आ जाओ बाहू प्रकाश चंद गर्ग हल्का इंचार्ज संगरूर बीबी जी बीबी इंद्रजीत कौर कदर कीमत की कदर पाते हुए बवंजा जथेबंदियों वालों सम्मान प्राप्त कर रहे बहुत खुशी की गल है। बवंजा जथेबंदियां संगरूर दियां इकट्ठिया होकर बीबी जी को सम्मानित कर रही संगरूर दियां सारिया राजनीतिक पार्टियां ते संगरूर दियां सारिया 52 जथेबंदियों वालों तैयार किया गया जो मोमेंटो है वह बीबी जी प्राप्त कर रहे हैं। तो संगरूर च नवी पिरत पैन जा रही है इस करके असी बीबी जी वालों जो भी पिंगलवाड़ा संस्था में काम चलाया जा रहा है चीमा साहब सारे जिन्हें भी मैंबर साहबान इतने आए आ मैं उन्होंने बहुत ही दिल दिया गहराइया तो जी आया आखता हाँ जसी पेरनी यू नहीं बैठे मेरे सामने कई नाम लैन तो रह गया होगा मैं माफ़ी मांगना अभिनंदन मंच वालों क्योंकि गैदरिंग काफ़ी है कई तो हेठा आ गए चीमा जी का सम्मान हो रहा है जिहड़े इस पिंगल वाले संगरूर के इंचार्ज हैं उन्हों का सम्मान किया जा रहा है जथेबंदियों वालों मैं सारी लीडर साहबान सारी समाजिक जथेबंदियों ने मैंबर साहबान बेनती कराँगा कि स्टेज खाली करके सलमान उपरान अपनी जगह लैन की कोशिश कर अभिनंदन मंच वालों बेनती करना कि आके अपने विचार साझे कर काल साहब के चीमा साहब को बेनती है कि स्टेज को खाली करके अपनी जगह लैन की कोशिश करो जी। मेरे भैन पिता
ਇਹ ਤਾਂ ਥੋੜ੍ਹਾ ਲਫ਼ਜ਼ ਨਹੀਂ ਹੈ ਜਿਹੜੇ ਭਾਜੀ ਜੀ ਮੈਂ ਤੁਹਾਨੂੰ ਸੰਬੋਧਨ ਕਰਾਂ। ਮੈਂ ਅੱਜ ਨਮਸਕਾਰ ਕਰਦੀ ਹਾਂ ਇਸ ਧਰਤੀ ਨੂੰ। ਤੁਹਾਡੇ ਸਾਰਿਆਂ ਦਾ ਦਿਲ ਦਿਲ ਕਰਕੇ ਪਾਇਆ ਸਹਿਯੋਗ, ਤੁਹਾਡਾ ਪਿਆਰ, ਤੁਹਾਡੀਆਂ ਆਸ਼ੀਰਵਾਦਾਂ ਮੈਂ ਸਮਝ ਨਹੀਂ ਸਕ ਰਹੀ ਕਿ ਮੈਂ ਕੀ ਕਹਾਂ। ਮੈਨੂੰ ਤਾਂ ਇੰਝ ਲੱਗਦਾ ਹੈ ਕਿ ਰੱਬ ਦਾ ਦੂਜਾ ਨਾਮ ਪਿਆਰ ਹੈ ਜਿਹੜਾ ਮੈਨੂੰ ਤੁਹਾਡੇ ਸਾਰਿਆਂ ਕੋਲੋਂ ਵੀ ਮਿਲ ਰਿਹਾ ਹੈ, ਜਿਹੜਾ ਮੈਨੂੰ ਭਗਤ ਪੂਰਨ ਸਿੰਘ ਕੋਲੋਂ ਵੀ ਮਿਲਿਆ, ਜਿਹੜਾ ਮੈਨੂੰ ਮੇਰੇ ਮਾਂ ਬਾਪ ਕੋਲੋਂ ਮਿਲਿਆ, ਮੇਰੇ ਭੈਣ ਭਰਾਵਾਂ ਤੋਂ ਮਿਲਿਆ, ਇਹ ਸਾਰੀ ਸੰਗਤ ਤੋਂ ਮਿਲਿਆ। ਇਹ ਰੱਬ ਵਰਗੀ ਖੁਸ਼ੀ ਹੁੰਦੀ ਹੈ। ਜਿੱਥੇ ਵੀ ਪਿਆਰ ਅਧਿਆਤਮਕ ਹੈ ਉਹਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ, ਭਾਵੇਂ ਉਹ ਹੀਰ ਰਾਂਝੇ ਦਾ ਸੀ, ਭਾਵੇਂ ਸੋਹਣੀ ਮਹਿਮਾਨ ਦਾ ਸੀ, ਭਾਵੇਂ ਬਾਬਾ ਫਰੀਦ ਦਾ ਸੀ, ਭਾਵੇਂ ਭਗਤ ਕਬੀਰ ਦਾ ਸੀ। ਇਹੀ ਪਿਆਰ ਹੈ ਜਿਹੜਾ ਬੰਦੇ ਨੂੰ ਮਜ਼ਬੂਤੀ ਬਖਸ਼ਦਾ ਹੈ, ਬੰਦੇ ਨੂੰ ਤਾਕਤ ਬਖਸ਼ਦਾ ਹੈ। ਜਿਹੜੇ ਦੇਸ਼ ਨੂੰ ਪਿਆਰ ਕਰਦੇ ਆ ਫਾਂਸੀ 'ਤੇ ਚੜ੍ਹ ਜਾਂਦੇ ਆ, ਰੱਸੇ ਨੂੰ ਚੁੰਮਦੇ ਆ। ਅੱਜ ਮੈਂ ਸ਼ਹੀਦ ਭਗਤ ਸਿੰਘ ਦੇ ਜਨਮ ਅਸਥਾਨ 'ਤੇ ਜਾ ਕੇ ਆਈ ਹਾਂ, ਉਹਦਾ ਪ੍ਰਭਾਵ ਹੈ ਮੇਰੇ ਉੱਤੇ। ਸੋ ਇਹ ਪਿਆਰ ਇੰਨੀ ਤਾਕਤ ਬਖਸ਼ਦਾ ਹੈ ਕਿ ਕੋਈ ਵੀ ਕੰਮ ਔਖਾ ਨਹੀਂ ਹੁੰਦਾ। ਸੰਤ ਲੌਂਗੋਵਾਲ ਨੇ ਬਹੁਤ ਪਿਆਰ ਦਿੱਤਾ, ਮੇਰੇ ਪਿਤਾ ਜੀ ਨਾਲ ਵੀ ਬਹੁਤ ਪਿਆਰ ਸੀ ਉਹਨਾਂ ਦਾ। ਇੰਨੀ ਬਰੀਕੀ ਨਾਲ ਉਹ ਇਸ ਪਰਿਵਾਰ ਨਾਲ ਜੁੜੇ ਹੋਏ ਸਨ ਕਿ ਮੈਂ ਅੰਦਾਜ਼ਾ ਨਹੀਂ ਲਾ ਸਕਦੀ ਸੀ। ਇਹ ਜਿਹੜਾ ਹਸਪਤਾਲ ਬਣਿਆ ਹੈ ਇੱਥੇ ਮੇਰੇ ਪਿਤਾ ਜੀ ਦੀ ਯਾਦ ਵਿੱਚ, ਇੱਥੇ ਕੁਛ ਅਸੀਂ ਸਮਾਨ ਲੈ ਲਿਆ, ਕੁਛ ਛੱਤ 'ਤੇ ਪਾਉਂਦੇ ਗਾਰਡਨ ਕਿਤੋਂ ਖਰੀਦ ਲਏ, ਪੁਰਾਣੇ ਵਧੀਆ ਸਨ ਕਿ ਹਸਪਤਾਲ ਬਣਾਵਾਂਗੇ ਉੱਥੇ ਪਾਵਾਂਗੇ, ਬਹੁਤ ਪਿੱਛੇ ਜੇ ਕਰਕੇ ਰੱਖ ਦਿੱਤੇ ਉਹਦੇ 'ਤੇ, ਤਾਂ ਆਪ ਉੜ ਗਿਆ, ਧਿਆਨ ਨਾ ਦਿੱਤਾ। ਸੰਤ ਲੌਂਗੋਵਾਲ ਨੂੰ ਇੱਕ ਵਾਰੀ ਮਿਲਣ ਗਏ, ਕਹਿੰਦੇ ਆਪਣੇ ਗਾਰਡਨ ਤਾਂ ਸਾਂਭ ਲਓ, ਤੁਹਾਡੇ ਉੱਥੇ ਪਏ ਉੱਥੇ ਘਰ ਨਹੀਂ। ਕਹਿੰਦਾ ਸੱਚਾ ਉਹ ਗਾਰਡਨ ਦਿਸਦੇ ਨਹੀਂ ਸਨ ਉਸ ਘਰ ਦੇ ਵਿੱਚ, ਉਸੇ ਨੂੰ ਹੀ ਦਿਸ ਸਕਦੇ ਨੇ ਜਿਹਨੂੰ ਇੰਨਾ ਪਿਆਰ ਹੋਵੇ ਕਿ ਇਸ ਪਰਿਵਾਰ ਦੀ ਇਹ ਚੀਜ਼ ਖਰਾਬ ਨਾ ਹੋਵੇ। ਜਦੋਂ ਭਗਤ ਪੂਰਨ ਸਿੰਘ ਉਹਨਾਂ ਨਾਲ ਮੈਂ ਮਿਲਣ ਲੱਗੀ, ਮੈਂ ਕੀ ਕਾਰਨ ਬਣੀ ਸੰਤ ਲੌਂਗੋਵਾਲ ਨੂੰ ਭਗਤ ਜੀ ਦੇ ਵਿਹੜੇ ਲਿਆਉਣ ਦਾ, ਤਾਂ ਸੰਤ ਲੌਂਗੋਵਾਲ ਨੇ ਬਹੁਤ ਪਿਆਰੀ ਚਿੱਠੀ ਲਿਖੀ ਕਿ ਜਿਸ ਤਰ੍ਹਾਂ ਤੁਸੀਂ ਪਿੰਗਲਵੜ ਦੇ ਬੱਚਿਆਂ ਦੀ ਸੇਵਾ ਕਰਦੇ ਹੋ, ਜਿਹੜੇ ਪਿਆਰ ਕਰਦੇ ਹੋ, ਸ਼ਾਇਦ ਮੈਂ ਉਹਦੇ ਵਰਗਾ ਨਹੀਂ ਹਾਂ। ਇਹਨੂੰ ਚੀਜ਼ਾਂ ਲਿਖੀ ਉਹਨਾਂ ਦੇ ਬੜੇ ਪਿਆਰ ਨਾਲ, ਸ਼ਾਇਦ ਇਸ ਪਿਆਰ ਨੂੰ ਸਮਝਣਾ ਬਹੁਤ ਮੁਸ਼ਕਲ ਹੈ। ਪਿੰਗਲ ਨਾਲ ਸੰਸਥਾ ਦੀ ਸੇਵਾ ਸਿਰਫ ਭਗਤ ਜੀ ਦੇ ਪਿਆਰ ਕਰਕੇ ਹੋ ਰਹੀ ਹੈ, ਨਹੀਂ ਤਾਂ ਸੇਵਾ ਤਾਂ ਮੈਂ ਪਿੰਡ ਹਸਪਤਾਲ 'ਚ ਵੀ ਕਰੀ ਜਾਂਦੀ ਸੀ। ਇੱਥੇ ਵੀ ਕੁਸ਼ਠ ਰੋਗੀਆਂ ਦਾ ਫਰੀ ਇਲਾਜ ਕਰਦੇ ਸੀ, ਹੋਰ ਵੀ ਬਹੁਤ ਲੋਕਾਂ ਦਾ ਇੱਕ ਸੇਵਾ ਦਾ ਸਾਧਨ ਤਾਂ ਇੱਥੇ ਵੀ ਬਣਿਆ ਹੋਇਆ ਸੀ ਹਸਪਤਾਲ ਦੇ ਵਿੱਚ। ਪਰ ਭਗਤ ਪੂਰਨ ਸਿੰਘ ਜੀ ਦਾ ਪਿਆਰ ਸੀ ਕਿ ਉਹਨਾਂ ਦਾ ਛੱਡਿਆ ਹੋਇਆ ਪੂਰਾ ਕੰਮ ਪੂਰਾ ਕਰਨ ਦੇ ਵਿੱਚ ਮੈਨੂੰ ਖੁਸ਼ੀ ਮਿਲਦੀ ਸੀ, ਕਿਉਂਕਿ ਉਹਨਾਂ ਨਾਲ ਪਿਆਰ ਸੀ। ਉਹਨਾਂ ਨਾਲ ਪਿਆਰ ਸੀ, ਨਹੀਂ ਪਿਆਰ ਹੈ, ਪਿਆਰ ਤਾਂ ਕਿਤੇ ਮਰਦਾ ਹੀ ਨਹੀਂ। ਨਾ ਮੇਰੇ ਪਿਤਾ ਜੀ ਦਾ ਪਿਆਰ, ਨਾ ਮੇਰੇ ਦਾਦੀ ਜੀ ਦਾ। ਇਹ ਦਾਦੀ ਤੋਂ ਲੈ ਕੇ ਭੂਆ, ਮਾਤਾ, ਪਿਤਾ, ਨਾਨਕੇ, ਦਾਦਕੇ ਸਾਰਿਆਂ ਦਾ ਹੀ ਬੜਾ ਵੱਡਾ ਯੋਗਦਾਨ ਹੈ ਸਾਡੇ ਵਿੱਚ ਸਾਂਝੀ ਮਾਤਾ ਦਾ ਉਪਦੇਸ਼ ਪਾਉਣ ਵਾਸਤੇ, ਸਾਡੇ ਬਹਾਦਰਾਂ ਵਾਂਗੂ ਜਿਉਣ ਦਾ ਜਿਹੜਾ ਸੋਚ ਪਾਈ ਹੈ। ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਰੋਜ਼ ਮੇਰੇ ਪਿਤਾ ਜੀ ਮੇਰੇ ਨਾਲ ਕਰਦੇ ਸਨ, ਅਰਨ ਲਾਈਕ ਏ ਹੀਰੋ ਐਂਡ ਗਿਵ ਲਾਈਕ ਏ ਸੇਂਟ। ਮੈਂ ਇਹ ਨਹੀਂ ਕਹਿੰਦਾ ਕਮਾਓ ਨੇ ਬਹਾਦਰ ਦੀ ਤਰ੍ਹਾਂ ਕਮਾਓ, ਫਕੀਰ ਦੀ ਤਰ੍ਹਾਂ ਵੰਡ ਦਿਓ। ਇਹ ਛੋਟੀਆਂ ਛੋਟੀਆਂ ਗੱਲਾਂ ਬਹੁਤ ਪ੍ਰਭਾਵ ਪਾਉਂਦੀਆਂ ਹਨ। ਜੇ ਉਹਨਾਂ ਨੇ ਕਹਿਣਾ ਵੀ ਇਹ ਸਬਜ਼ੀ ਚੰਗੀ ਤਰ੍ਹਾਂ ਧੋ ਕੇ ਖਾਣੀ ਹੈ,
ਕਦੇ ਵੀ ਭੁੱਲੇ ਨਹੀਂ। ਇਹ ਕਰੀਮ ਵਾਲੇ ਬਿਸਕੁਟ ਨਹੀਂ ਖਾਣੇ, ਪਤਾ ਨਹੀਂ ਕਰੀਮ ਕਦੋਂ ਦੀ ਲੱਗੀ ਹੁੰਦੀ ਹੈ। ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਉਹ ਸਾਡੇ ਨਾਲ ਕਰਦੇ ਹੁੰਦੇ ਸਨ, ਉਹ ਇਸ ਤਰ੍ਹਾਂ ਅੰਦਰ ਵਸੀਆਂ ਹੋਈਆਂ ਹਨ। ਜਦੋਂ ਸ਼ਬਦ ਪੜਿਆ ਕਰਦੇ ਸਨ, ਵੈਰਾਗ ਵਿੱਚ ਆ ਜਾਂਦੇ ਸਨ, ਉਹ ਵੈਰਾਗੀ ਸਨ। ਉਹ ਜੈਸੇ ਜਲ ਮੈਂ ਕਮਲ ਅਲੀਪ ਵਾਲੀ ਅਵਸਥਾ ਸੀ ਮੇਰੇ ਪਿਤਾ ਜੀ ਦੀ, ਕਦੇ ਮਾਇਆ ਨਾਲ ਜੁੜੇ ਨਹੀਂ। ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਚੜ੍ਹਾਈ ਕਰਕੇ ਮੇਰਾ ਖਿਆਲ ਸਭ ਤੋਂ ਜ਼ਿਆਦਾ ਮਰੀਜ਼ ਸਾਡੀ ਦੁਕਾਨ 'ਤੇ ਹੁੰਦੇ ਸਨ। ਔਰ ਜਦੋਂ ਚੜ੍ਹਾਈ ਕੀਤੇ ਉਹਨਾਂ ਦੇ ਬੈਂਕ 'ਚ 3,000 ਰੁਪਇਆ ਬਣੇ ਸੀ ਉਹਨਾਂ ਕੋਲ। ਅਤੇ ਭਗਤ ਪੂਰਨ ਸਿੰਘ ਜੀ ਦੀ ਗੱਲ ਸੁਣ ਲਓ, ਅਤੇ ਉਹਨਾਂ ਕੋਲ ਕੋਈ ਅਲਮਾਰੀ ਨਹੀਂ, ਕੋਈ ਟਰੰਕ ਨਹੀਂ, ਕੋਈ ਵੀ ਖਿਲਾਉਣਾ ਨਹੀਂ ਹੈ। ਇੱਕ ਉਦਾਹਰਨ ਪੇਸ਼ ਕਰਦੇ, ਪਦਾਰਥਵਾਦ ਦੇ ਯੁੱਗ ਵਿੱਚ ਜਿੱਥੇ ਮਾਇਆ ਦੀ ਦੌੜ ਲੱਗੀ ਹੋਈ ਹੈ, ਉਸ ਯੁੱਗ ਦੇ ਵਿੱਚ ਭਗਤ ਪੂਰਨ ਸਿੰਘ ਕੋਲ ਅਲਮਾਰੀ ਨਹੀਂ, ਕੋਈ ਕਮਰਾ ਨਹੀਂ, ਕੋਈ ਟਰੰਕ ਨਹੀਂ। ਵੱਡੀ ਵੱਡੀ ਗੱਲ ਹੈ। ਫੋਟੋਆਂ ਸਾਨੂੰ ਮਿਲੀਆਂ ਜਿਹੜੀਆਂ ਕਿ ਇੱਕ ਅਖਬਾਰ ਦੇ ਵਿੱਚ ਇੰਨਾ ਛੋਟੀ ਜਿਹੀ ਕੁਛ ਦੁਬੜੀ ਜਿਹਦੇ ਵਿੱਚੋਂ ਫੋਟੋਆਂ ਪਈਆਂ ਨਿੱਕੀਆਂ ਨਿੱਕੀਆਂ ਭਰ ਦਿੱਤੀਆਂ। ਪਰ ਸੱਚਾਰ ਉਹ ਕਹਿੰਦੇ ਹੁੰਦੇ ਸੀ ਭਗਤ ਜੀ ਕਿ ਮੈਂ 8 ਸਾਲ ਕਦੇ ਨਹੀਂ ਕਰ ਸਕਿਆ, ਉਹਦਾ ਜਿਹੜਾ ਮੱਝ ਨਹੀਂ ਆ। ਪਰ ਉਹ ਅੰਦਾਜ਼ਾ ਨਹੀਂ ਲੱਗਦਾ ਸੀ ਜਦੋਂ ਫੋਟੋਆਂ ਦੇਖੀਆਂ, ਸੱਚਮੁੱਚ ਸ਼ਰਧਾ ਹੋਰ ਵੱਧ ਗਈ ਕਿ ਬਾਬਾ ਜੀ ਤੁਸੀਂ ਤਾਂ, ਮੈਨੂੰ ਨਹੀਂ ਲੱਗਦਾ ਭਗਤ ਪੂਰਨ ਸਿੰਘ ਰੱਬ ਨਹੀਂ ਸਨ, ਮੈਨੂੰ ਲੱਗਦਾ ਹੀ ਨਹੀਂ ਹੈਗਾ। ਬਾਣੀ ਵਿੱਚ ਲਿਖਿਆ, ਹਰ ਹਰ ਜਨ ਤੋਂ ਇਹ ਹੈ ਵੀ ਵਿਚਾਰ ਕੁਛ ਨਾ ਹੈ, ਜਬ ਤੇ ਉਹ ਤਰੰਗ ਜਿਉਂ ਚਾਹੀਏ ਲਿਖੇ ਸਮਾਏ। ਜਦੋਂ ਰੱਬੀ ਗੁਣ ਕਿਸੇ ਇਨਸਾਨ ਵਿੱਚ ਆ ਜਾਂਦੇ, ਉਹਨੂੰ ਰੱਬ ਹੀ ਬਣ ਜਾਂਦਾ। ਜਦੋਂ ਸਾਰੀ ਗੁਰਬਾਣੀ ਨੂੰ ਹਟਾ ਲਿਆ ਭਗਤ ਪੂਰਨ ਸਿੰਘ ਨੇ ਆਪਣੇ ਸਰੀਰ ਦੇ ਉੱਤੇ, ਆਪਣੀ ਆਤਮਾ ਦੇ ਵਿੱਚ, ਮੈਂ ਜਦੋਂ ਇੱਕ ਵਾਰੀ ਗਈ ਗਰਮੀਆਂ ਦੇ ਦਿਨ ਸਨ, ਮੈਂ ਬਹੁਤ ਵਾਰੀ ਸਾਂਝੀ ਵੀ ਕੀਤੀ ਇਹ ਗੱਲ, ਕਿਉਂਕਿ ਮੇਰੇ ਵਿੱਚ ਉਹਦਾ ਬਹੁਤ ਜ਼ਿਆਦਾ ਅਸਰ ਹੈ ਉਸ ਗੱਲ ਦਾ। ਅਤੇ ਉਹ ਸਿੱਧੀ ਆਪਣੇ ਕੰਮ ਦੀ ਗੱਲ 'ਤੇ ਆਉਂਦੇ ਸਨ, ਤੂੰ ਕਾਹਦੇ 'ਤੇ ਆਈ ਹੈ, ਤੂੰ ਬੱਸ 'ਤੇ ਕਿਉਂ ਆਈ ਹੈ, ਤੂੰ ਰੇਲ ਗੱਡੀ 'ਤੇ ਆਉਣਾ ਸੀ, ਬੱਸ ਕਿਹੜੀ ਹੈ, ਥੋੜ ਇੰਨੇ ਡੀਜ਼ਲ ਨਾਲ ਕਿਹੜੀਆਂ ਸਵਾਰੀਆਂ ਖਿੱਚਦੀ ਹੈ, ਉਹਨੇ ਡੀਜ਼ਲ ਨਾਲ ਗੱਡੀ ਕਿੰਨੀਆਂ ਸਵਾਰੀਆਂ ਖਿੱਚਦੀ ਹੈ, ਪੋਲੂਸ਼ਨ ਹੁੰਦਾ, ਪਾਣੀ ਪੂਣੀ ਪੁੱਛਣ ਦਾ ਰਿਵਾਜ ਨਹੀਂ ਸੀ ਉੱਥੇ, ਕੋਈ ਫਾਰਮੈਲਿਟੀ ਨਹੀਂ ਹੈ। ਗਰਮੀਆਂ ਦੇ ਦਿਨ ਸੀ, ਮੈਂ ਇਹਨੂੰ ਪਿਆਸ ਜ਼ਿਆਦਾ ਲੱਗੀ ਹੋਣੀ ਹੈ, ਮੈਂ ਕਿਹਾ ਬਾਬਾ ਜੀ ਤੁਸੀਂ ਚੰਗੇ ਹੋ, ਕਿਸੇ ਨੂੰ ਪਾਣੀ ਵੀ ਨਹੀਂ ਪੁੱਛਦੇ। ਕਹਿੰਦੇ ਕੀ ਗੱਲ, ਇੱਕ ਦਿਨ ਵੀ ਅਸੀਂ ਨਹੀਂ ਰਹਿ ਸਕਦੇ। ਭਾਈ ਗੁਰਦਾਸ ਨੇ ਕੀ ਕਿਹਾ, ਗੁਰਤਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਭ ਸਿੱਧ ਸ਼ਹੀਦ ਪਰਮ ਤੋਂ ਹੋਵਣਾ, ਬੋਲਾ ਬੋਲ ਖਰੀਦ ਤਾਰੇ ਜੋੜਾ, ਮੈਂ ਕੁਛ ਭੁੱਖ ਨਾ ਨੀਰ ਨਾ ਖਾਣਾ ਸੋ। ਭਾਈ ਗੁਰਦਾਸ ਕਹਿੰਦੇ ਸੇਵਾਦਾਰ ਨੂੰ ਤਾਂ ਨਾ ਭੁੱਖ ਨਾ ਪਿਆਸ ਨਾ ਨੀਂਦ ਕੁਛ ਵੀ ਨਹੀਂ ਸੁੱਝਦਾ, ਤੇ ਤੈਨੂੰ ਪਿਆਸ ਕਿਉਂ ਸੁੱਝਦੀ ਪਈ ਆ? ਸੱਚ ਜਾਣੇ ਵਾਲ ਤੋਂ ਪਹਿਲਾਂ ਮੈਨੂੰ ਭਾਈ ਗੁਰਦਾਸ ਦੀ ਵਾਰ ਦਾ ਕੋਈ ਸਮਝ ਨਹੀਂ ਆਉਂਦੀ। ਅਸਲ ਮੇਰਾ ਖਿਆਲ ਬਹੁਤ ਸਾਰਿਆਂ ਨੂੰ ਨਹੀਂ ਪਤਾ ਹੋਣਾ ਇਹਦਾ ਮਤਲਬ ਕੀ ਹੈ। ਫਿਰ ਜਿਹੜਾ ਉਹਨਾਂ ਨੇ ਆਪਣੇ ਸਿਰ 'ਤੇ ਨੀਚਾ ਅੰਦਰ ਨੀਚ ਜਾਤ ਨੀਚੀ ਹੋ ਮਤ ਨੀਚ, ਨਾਨਕ ਤਿੰਨਕੇ ਸੰਗ ਸਾਥ ਵੱਡਿਆ ਸੋ ਕਿਆ ਰੀਸ, ਜਿੱਥੇ ਨੀਚ ਸੰਭਾਲੀ ਅੰਤੇ ਨਦਰ ਤੇਰੀ ਬਖਸ਼ਿਸ਼। ਅਤੇ ਅਸੀਂ ਸਾਰਾ ਫਿਰ ਸਾਡਾ ਇਸੇ ਗੱਲ 'ਤੇ ਜ਼ੋਰ ਲੱਗ ਜਾਂਦਾ, ਵੱਡੀ ਆ ਬੱਚੇ ਕਰਨਗੇ, ਮੋਬਾਈਲ ਫੜਾ ਆ ਗਿਆ, 25,000 ਦਾ ਆ ਗਿਆ, 30,000 ਦਾ ਆ ਗਿਆ, ਫਲਾਣਾ ਇੰਨਾ ਪੈਕੇਜ ਮਿਲ ਰਿਹਾ, ਕੋਈ ਦੇਸ਼ ਦਾ ਫਿਕਰ ਨਹੀਂ, ਕੋਈ ਕੌਮ ਦਾ ਫਿਕਰ ਨਹੀਂ, ਸਕੂਲ ਟੱਟੇ ਮੂੰਹ 'ਚ ਜਾ ਰਹੇ ਨੇ, ਕੱਲੀ ਸਰਕਾਰ ਦਾ ਕਸੂਰ ਨਹੀਂ, ਸਾਡੇ ਅਧਿਆਪਕ ਉਹਨੇ ਹੀ ਕਸੂਰ ਪਾਉਣੇ ਜੇ ਉਹ ਸਕੂਲ ਵਿੱਚ ਨਹੀਂ ਪੜ੍ਹਾਉਂਦੇ। ਇੱਕ ਤਮਾਸ਼ਾ ਬਣਾਇਆ ਹੋਇਆ ਐਜੂਕੇਸ਼ਨ ਸਿਸਟਮ ਦਾ, ਬਿਲਕੁਲ ਤਮਾਸ਼ਾ ਬਣ ਗਿਆ ਬਿਲਕੁਲ। ਜੇ ਸਾਡੇ ਬੱਚੇ ਪੜ੍ਹਨਗੇ ਨਹੀਂ ਤਾਂ ਉਹਨਾਂ ਨੂੰ ਮਤਲਬ ਕਿੱਥੋਂ ਆਏਗਾ? ਭਗਤ ਪੂਰਨ ਸਿੰਘ ਦਿਨ ਵਿੱਚ 18 ਘੰਟੇ ਪੜ੍ਹਦੇ ਸੀ। ਔਰ ਇੱਕ ਗੱਲ, ਮੇਰੇ ਵੀਰ ਪੋਲੀਟੀਸ਼ੀਅਨ ਬੈਠੇ ਆ ਮੇਰੇ ਨਾਲ, ਛੋਟੇ ਵੀ ਨੇ ਜਸਵੀਰ ਜੀ, ਵੱਡੇ ਵੀ ਨੇ। ਇੱਕ ਗੱਲ ਮੈਂ ਭਗਤ ਜੀ ਦਾ ਤੁਹਾਨੂੰ ਸੁਨੇਹਾ ਦਿਆਂਗੀ, ਉਹ ਕਹਿੰਦੇ ਸੀ ਇਹਨਾਂ ਕੋਲ ਵਜ਼ੀਰਾਂ ਕੋਲ ਟਾਈਮ ਨਹੀਂ ਸੀਗਾ, ਆਪਣੇ ਕੋਲ ਹੋਰ ਕੰਮ ਬਹੁਤ ਹੁੰਦੇ ਹੈ, ਇਸ ਕਰਕੇ ਜਿਹੜੇ ਪੜ੍ਹੇ ਲਿਖੇ ਵਿਦਵਾਨ ਨੇ ਉਹਨਾਂ ਕੋਲੋਂ ਸਲਾਹ ਲੈ ਲਿਆ ਕਰੋ ਕੋਈ ਪੋਲਿਸੀ ਬਣਾਉਣ ਤੋਂ ਪਹਿਲਾਂ। ਅਤੇ ਤੁਹਾਨੂੰ ਬੇਨਤੀ ਕਰਾਂਗੀ, ਸੰਗਤ ਤੋਂ ਵੀ ਬੇਨਤੀ ਕਰਾਂਗੀ ਕਿ ਵਜ਼ੀਰਾਂ ਨੂੰ ਆਪਣੇ ਉੱਥੇ ਸੈਕਟਰੀਏਟ 'ਚ ਕੰਮ ਕਰਨ ਲਿਆ ਕਰੋ, ਆਪਣੇ ਭੋਗ ਉਦਾਂ ਵੀ ਪੈ ਜਾਂਦੇ ਆ, ਆਪਣੇ ਹੱਡ ਪਾੜ ਦੇ ਭੋਗ ਵੀ ਪੈ ਜਾਂਦੇ ਆ। ਅਸੀਂ ਇਹਨਾਂ ਨੂੰ ਕਿਉਂ ਆਸ ਰੱਖਦੇ ਹਾਂ ਕਿ ਸਾਰੇ ਕੰਮ ਛੱਡ ਕੇ ਸਾਡੇ ਘਰ ਆਉਣ, ਅਸੀਂ ਇਸ ਝੂਠੀ ਸ਼ੁਰਤ ਦੇ ਵਿੱਚ ਕਿਉਂ ਯਕੀਨ ਰੱਖਦੇ? ਅਸੀਂ ਕਿਉਂ ਨਹੀਂ ਚਾਹੁੰਦੇ ਕਿ ਇਹ ਲੋਕ ਸਾਡੇ ਦੇਸ਼ ਦਾ ਭਲਾ ਸੋਚਣ, ਉੱਥੇ ਬੈਠ ਕੇ ਇਹਨਾਂ ਨੂੰ ਸੋਚਣ ਦਾ ਟਾਈਮ ਮਿਲੇ? ਇਹਨਾਂ ਨੇ ਵੋਟਾਂ ਪਿੱਛੇ ਸਭ 'ਤੇ ਜਾਣਾ ਹੁੰਦਾ, ਅਤੇ ਲੋਕਾਂ ਨੇ ਆਪਣੀ ਵਡਿਆਈ ਪਿੱਛੇ ਬੁਲਾਉਣਾ ਹੁੰਦਾ, ਇੱਕ ਝੂਠੀ ਵਡਿਆਈ ਸਾਨੂੰ ਖਾ ਗਈ ਹੈ ਸਾਰਿਆਂ ਨੂੰ। ਭਗਤ ਪੂਰਨ ਸਿੰਘ ਦੀ ਜ਼ਿੰਦਗੀ ਤੋਂ ਜੋ ਪ੍ਰੇਰਨਾ ਲੈਣੀ ਹੈ ਤਾਂ ਫਿਰ ਉਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ ਬਹੁਤ ਜ਼ਰੂਰੀ ਹੈ। ਜੇ ਬਹੁਤਾ ਨਹੀਂ ਤਾਂ ਘੱਟੋ ਘੱਟ ਫਿਰ ਤਾਂ ਮਾਤਰ ਹੀ ਉਹਨਾਂ ਤੋਂ ਸਿੱਖਿਆ ਹੀ ਲੈ ਲਓ।
ਸਾਨੂੰ ਸਾਰੇ ਕੰਮ ਛੱਡ ਕੇ ਆਪਣੇ ਦੇਸ਼ ਦਾ, ਆਪਣੇ ਕੌਮ ਦਾ, ਆਪਣੇ ਭਾਰਤ ਦਾ, ਸਾਰੀ ਦੁਨੀਆ ਦਾ ਫਿਕਰ ਕਰਨਾ ਸੀ, ਕਿਉਂਕਿ ਗੁਰਸਿੱਖ ਦਾ ਗੁਰੂ ਨਾਨਕ ਨੇ ਬਣਾਇਆ ਜਿਹੜਾ ਸਰਬੱਤ ਦਾ ਭਲਾ ਮੰਗਦਾ, ਉਹ ਤਾਂ ਇਕੱਲਾ ਸਿੱਖਾਂ ਦਾ ਮੰਗਦਾ ਹੀ ਨਹੀਂ ਹੈ, ਉਹ ਤਾਂ ਇਕੱਲਾ ਪੰਜਾਬੀਆਂ ਦਾ ਹੀ ਨਹੀਂ ਮੰਗਦਾ। ਸਾਡੇ ਦੇਸ਼ 'ਚ ਕਿਹੜੀ ਹਵਾ ਲੱਗੀ ਹੈ, ਕਦੇ ਸਿੱਖਾਂ ਦਾ ਕਤਲੇਆਮ, ਕਦੇ ਕ੍ਰਿਸ਼ਨਾਂ ਦਾ ਕਤਲੇਆਮ, ਕਦੇ ਮੁਸਲਮਾਨਾਂ ਦਾ ਕਤਲੇਆਮ, ਗੁਰੂ ਨਾਨਕ ਦੇ ਰਾਹ ਤੋਂ ਭਟਕੇ ਹੋਏ ਹਨ ਲੋਕ। ਬੜੀ ਲੋੜ ਹੈ ਸਰਬੱਤ ਦੇ ਭਲੇ ਦੀ ਗੱਲ ਕਰਨ ਦੀ, ਸਾਂਝੀ ਵਰਤਾ ਦੀ ਗੱਲ ਕਰਨ ਦੀ। ਸਾਂਝੇ ਕੰਮ ਖਤਮ ਹੋ ਗਏ, ਵੈਲਥ ਪੈਲਸਾਂ ਦਾ ਫੈਸ਼ਨ ਹੋ ਗਿਆ, ਆਪਣੇ ਛੱਡ ਦਿੱਤੀ ਨਿਮਰਤਾ ਵਾਲੇ ਕਹਾਣੀ। ਕਦੇ ਸਾਨੂੰ ਗਰੀਬੀ 'ਤੇ ਵੀ ਮਾਣ ਹੋਣਾ ਚਾਹੀਦਾ। ਸਾਡੇ ਸੰਗਰੂਰ ਦੇ ਉਸਤਾਦ ਰਵਿੰਦਰ ਸਿੰਘ ਹੁੰਦੇ ਸੀ, ਜਸਵੀਰ ਸਿੰਘ ਜੀ ਨੂੰ ਪਤਾ ਹੈ, ਉਹਨਾਂ ਨੇ ਅਕਸਰ ਕਹਿਣਾ ਆਈ ਐਮ ਪ੍ਰਾਊਡ ਆਫ ਮਾਈ ਪਾਵਰਟੀ। ਇਹੀ ਜੇ ਪੋਲੀਟੀਸ਼ੀਅਨ ਜਰਮਨ ਦੇ ਕਹਿਣ ਆਈ ਐਮ ਪ੍ਰਾਊਡ ਆਫ ਮਾਈ ਪਾਵਰਟੀ। ਕੋਠੀਆਂ ਦੇ ਮਾਰ ਤਾਂ ਸਾਰੀ ਦੁਨੀਆਂ ਕਰਦੀ ਹੈ, ਪੈਸੇ ਵਾਲਿਆਂ ਦਾ ਨਾਂ ਨਹੀਂ ਰਹਿੰਦਾ, ਨਾਂ ਭਗਤ ਗੁਰੂ ਸਿੰਘ ਦਾ ਰਹੇਗਾ। ਜਿਹਨੇ ਦੁਨੀਆਂ 'ਤੇ ਜਿਹਨੇ ਸੰਤ ਲੌਂਗੋਵਾਲ ਜਾਂ ਹੋਰ ਲੋਕਾਂ ਨੇ ਜਿਨ੍ਹਾਂ ਨੇ ਸਮਾਜ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਹੈ, ਨਾ ਉਹਦਾ ਰਹਿਣਾ ਹੈਗਾ ਸੰਸਾਰ ਦੇ ਉੱਤੇ। ਸ਼ਹੀਦ ਭਗਤ ਸਿੰਘ 23 ਸਾਲ ਦੀ ਉਮਰ ਵਿੱਚ ਚਲਾ ਗਿਆ, ਕਿੰਨੇ ਦੁੱਖ ਸਹੇ। ਉਹਨੂੰ ਯਾਦ ਸਾਰੇ ਕਰਦੇ ਆ, ਵੱਡੇ ਵੱਡੇ ਵਜ਼ੀਰਾਂ ਨੂੰ ਕੌਣ ਯਾਦ ਕਰਦਾ ਜੋ ਆਇਆ ਸੀ। ਸੋ ਇਸ ਕਰਕੇ ਜਿਹੜਾ ਮਹਾਨ ਕੰਮ ਹੈ ਉਹ ਹੈ, ਗੁਰੂ ਸਾਹਿਬ ਕਹਿੰਦੇ ਭਈ ਪ੍ਰਾਪਤ ਮਾਨਵ ਤੇ ਹੋਈਆ, ਗੋਵਨ ਮਲਿਨ ਕੀਏ ਤੇਰੀ ਵਰਿਆ, ਅਵਰ ਕਾਜ ਦੇ ਕਿਤੇ ਨਾ ਕਾਮ ਫਿਰ ਸਾਧ ਸੰਗਤ ਤਜ ਕੇਵਲ ਨਾਮ। ਹੁਣ ਨਾਮ ਦੀ ਬੜੀ ਅਜੀਬ ਜੀ ਗੱਲ ਹੈ, ਨਾਮ ਕੀ ਚੀਜ਼ ਹੈ, ਕਿਹੜਾ ਨਾਮ ਜਪਿਆ ਜਾਵੇ ਕਿ ਵਾਹਿਗੁਰੂ ਨਹੀਂ, ਹਿਰਦੇ ਦੇ ਨਾਲ ਜਪਿਆ ਜਾਵੇ, ਹਿਰਦੇ ਦੇ ਨਾਲ ਉਹਨੂੰ ਅੰਗ ਸੰਗ ਜਾਣਿਆ ਚਾਹੇ। ਮੇਰੇ ਕਿਸੇ ਵੀਰ ਨੇ ਕਿਹਾ ਸੀ ਕਿ ਉਹ ਆਪ ਕਿਸੇ ਵੇਲੇ ਲਵਾਰਸ ਨਹੀਂ, ਭਾਵੇਂ ਪੂਰਨ ਸਿੰਘ ਲਵਾਰਸ ਹੋ ਸਕਦਾ, ਜਿਹੜੇ ਗੁਰੂ ਅੰਗ ਸੰਗ ਹੋਵੇ, ਜਿਹੜੇ ਸਭ ਸ਼ਕਤੀਮਾਨ ਦੇ ਨਾਲ ਆ, ਉਹਦੇ ਲਵਾਰਸ ਹੋ ਹੀ ਨਹੀਂ ਸਕਦਾ। ਆਪਣੇ ਆਪ ਨੂੰ ਅਸੀਂ ਸਮਝਦੇ ਨਹੀਂ ਕਿ ਸਾਡੇ ਨਾਲ ਹੈ, ਅਕਾਲ ਪੁਰਖ ਹਮੇਸ਼ਾ ਸਾਡੇ ਅੰਗ ਸੰਗ ਹੈ। ਫਰਕ ਇੰਨਾ ਹੈ ਕਿ ਅਸੀਂ ਉਹਦੀ ਗੱਲ ਨਹੀਂ ਮੰਨਦੇ, ਜੇ ਉਹਦਾ ਹੁਕਮ ਮੰਨਾਂਗੇ, ਜੇ ਉਹਦੇ ਹੁਕਮ ਵਿੱਚ ਰਵਾਂਗੇ, ਉਹ ਹਮੇਸ਼ਾ ਸਾਡੇ ਅੰਗ ਸੰਗ ਹੈ, ਕੋਈ ਦੁੱਖਤਾ ਨਹੀਂ ਆ ਸਕਦੀ। ਉਹ ਆਪ ਅੰਗੀਕਾਰ ਹੋ ਕੇ ਸਾਡੀ ਸਹਾਇਤਾ ਕਰਦਾ ਹੈ, ਅਤੇ ਦੁੱਖ ਆਉਂਦਾ ਅਤੇ ਉਹ ਵੀ ਸਾਨੂੰ ਠੀਕ ਕਰਨ ਵਾਸਤੇ ਆਉਂਦਾ। ਇਹਦਾ ਵਿਸ਼ਵਾਸ ਨਹੀਂ ਕਰਦੇ। ਭਗਤ ਪੂਰਨ ਸਿੰਘ ਜੀ ਇੱਕੋ ਵਾਰ ਸੀ ਕਿ ਉਹ ਅਕਾਲ ਪੁਰਖ 'ਤੇ ਅਟਲ ਵਿਸ਼ਵਾਸ ਕਰਦੇ ਸੀ। ਅੱਜ ਜਿਹੜੀਆਂ ਚੁਣੌਤੀਆਂ ਹਨ ਸਾਡੇ ਪੰਜਾਬ ਦੇ ਵਿੱਚ, ਉਹਨਾਂ ਬਾਰੇ ਜ਼ਿਕਰ ਕਰਨਾ, ਉਹਨਾਂ ਬਾਰੇ ਸੰਸੀਅਰਲੀ ਅਤੇ ਡਿਵੋਸ਼ਨ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਸਾਡੇ ਜਵਾਨੀ ਕੁਛ ਤੇ ਅਪਵਾਦ ਨੇ ਖਾ ਲਏ ਅਤੇ ਕੁਛ ਉਸ ਨਸ਼ੇ ਖਾ ਰਹੇ ਨੇ। ਸੱਚ ਜਾਣੋ ਇੰਨਾ ਬੁਰਾ ਹਾਲ ਹੈ, ਜਵਾਨ ਬੱਚੇ ਸਾਡੇ ਕੋਲ ਕੀੜੇ ਪਏ ਆਉਂਦੇ ਆ। ਜੇ ਕਹੋ ਮੈਂ ਫੋਟੋ ਭੇਜ ਦਿਆਂਗੇ, ਤਾਂ ਜਦੋਂ ਉਹ ਘਰੋਂ ਬਚ ਲੈਂਦੇ ਆ, ਕਰਦੇ ਉਹਨਾਂ ਦਾ ਫਿਕਰ ਨਹੀਂ ਕਰਦੇ, ਕਿਉਂਕਿ ਉਹ ਘਰਦਿਆਂ ਨੂੰ ਤੰਗ ਕਰਦੇ ਆ ਪੈਸੇ ਪਿੱਛੇ, ਜਦੋਂ ਨਸ਼ੇ ਕਰਦੇ ਆ ਬਾਹਰ ਠੋਕਰਾਂ ਖਾਂਦੇ ਆ, ਪੈਸਾ ਹੁੰਦਾ ਨਹੀਂ ਕੋਲ, ਮਲਮ ਪੱਟੀ ਕਰਨ ਵਾਸਤੇ ਮੱਖੀਆਂ ਬਹਿ ਜਾਂਦੀਆਂ, ਕੀੜੇ ਪੈ ਜਾਂਦੇ ਆ, ਲੱਤਾਂ ਬਾਹਾਂ ਲੱਗ ਜਾਂਦੀਆਂ, ਅਤੇ ਫਿਰ ਉਸ ਹਾਲਤ ਵਿੱਚੋਂ ਪੀਣ ਵਾਲੇ ਸੰਸਥਾ ਵਿੱਚ ਆਉਂਦੇ। ਹੁਣ ਅਸੀਂ ਨਸ਼ੇ ਵਾਲਿਆਂ ਨੂੰ ਵੀ ਸਾਂਭੀਏ, ਨਸ਼ੇ ਵਾਲਿਆਂ ਦੇ ਬੱਚਿਆਂ ਨੂੰ ਵੀ ਸਾਂਭੀਏ, ਨਸ਼ੇ ਵਾਲਿਆਂ ਦੀਆਂ ਮਾਵਾਂ ਨੂੰ ਵੀ ਸਾਂਭੀਏ। ਇਹ ਮਾਤਾ ਦਾ ਰੰਗ ਹੋਈ ਹੈ ਜੀ, ਇਹਦਾ ਮੁੰਡਾ ਨਸ਼ੇ ਕਰਦਾ ਸੀ, ਘਰੋਂ ਬਾਹਰ ਨਿਕਲ ਗਿਆ, ਇੱਕ ਕੁੜੀ ਹੈ ਵਿਚਾਰੀ, ਉਹ ਵਿਆਹ ਦਿੱਤੀ ਹੈ ਸਹੁਰੇ, ਉਹਨੂੰ ਰੱਖਦੇ ਨਹੀਂ ਮਾਂ ਨੂੰ, ਤੁਸੀਂ ਪਿੰਗਲ ਵਾਲੇ ਰੱਖ। ਕਿੰਨੇ ਕੁ ਪਿੰਗਲ ਵਾਲੇ ਖੋਲ ਸਕਦੇ ਹੋ, ਕੋਈ ਲਿਮਿਟ ਹੈ ਉਸ ਗੱਲ ਦੀ? ਗੁਰਲੇ ਸਜਾਏ ਇੱਕ ਹੋਰ ਬੇਨਤੀ ਬਹੁਤ ਜ਼ਰੂਰੀ ਕਰਨੀ ਹੈ, ਅਤੇ ਸਾਡੇ ਪਹਿਲਾਂ ਗ੍ਰੀਨ ਰੈਗੂਲੇਸ਼ਨ ਆਇਆ, ਉਹਦੇ ਨਾਲ ਅਸੀਂ ਜ਼ਹਿਰ ਛਿੜਕਿਆ ਸਾਰੀਆਂ ਫਸਲਾਂ ਦੇ ਉੱਤੇ, ਔਰ ਜ਼ਹਿਰ ਦਾ ਇਹ ਅਸਰ ਹੋਇਆ ਕਿ ਅਪੰਗ ਬੱਚੇ ਪੈਦਾ ਹੋਣਗੇ। ਇੱਕ ਤਾਂ ਨਸ਼ਿਆਂ ਕਰਕੇ ਮਰੀਜ਼ ਵੱਧ ਗਏ, ਇੱਕ ਪੈਸਟੀਸਾਈਡ ਦੇ ਨਾਲ ਅਪੰਗ ਬੱਚੇ ਜ਼ਿਆਦਾ ਪੈਦਾ ਹੋਣ ਲੱਗ ਪਏ। ਕੋਈ ਦਰਬਾਰ ਸਾਹਿਬ ਛੱਡ ਕੇ ਚਲਾ ਜਾਂਦਾ, ਕੋਈ ਸਟੇਸ਼ਨ 'ਤੇ ਛੱਡ ਕੇ ਚਲਾ ਜਾਂਦਾ, ਕੋਈ ਬੱਸ ਸਟੈਂਡ 'ਤੇ ਛੱਡ ਕੇ ਚਲਾ ਜਾਂਦਾ, ਅਤੇ ਉੱਥੋਂ ਫਿਰ ਮੁੜ ਤੁਰ ਕੇ ਸਾਡੇ ਕੋਲ ਆ ਜਾਂਦੇ ਆ ਬੱਚੇ ਵਿਚਾਰੇ। ਮਾਂ ਬਾਪ ਹੁੰਦੇ ਹੋਏ ਲਵਾਰਸ ਹੋ ਜਾਂਦੇ ਆ, ਕਿਉਂਕਿ ਉਹਨਾਂ ਨੂੰ ਸਾਂਭਣਾ ਬੜਾ ਮੁਸ਼ਕਲ ਹੈ। ਭਗਤ ਪੂਰਨ ਸਿੰਘ ਥੋੜ੍ਹਾ ਹੀ ਇਹਦਾ ਜਿਹੜਾ ਸੱਤ ਵਗਾਨਿਆ ਉਹ ਸਾਂਭੀ ਜਾ, ਅਤੇ ਫਿਰ ਤਾਂ ਆਪਣੇ ਬੱਚੇ ਵੀ ਸਾਂਭਦੇ ਲੋਕ, ਅਤੇ ਕੀ ਭਗਤ ਪੂਰਨ ਸਿੰਘ ਨੂੰ ਇਹ ਨਹੀਂ ਸਿੱਖਣਾ ਕਿ ਅਸੀਂ ਆਪਣੇ ਬੱਚੇ ਕਿਵੇਂ ਸਾਂਭੀਏ। ਕੱਲ੍ਹ ਪਰਸੋਂ ਦਲਾਈ ਲਾਮਾ ਫਾਊਂਡੇਸ਼ਨ ਤੋਂ ਚਿੱਠੀ ਆਈ ਸੀ, 8.4 ਮਿਲੀਅਨ ਬੰਦੇ ਹਰ ਸਾਲ ਕੈਂਸਰ ਨਾਲ ਸਫ਼ਰ ਕਰਦੇ ਆ, ਔਰ ਉਹਨੇ ਮੈਨੂੰ ਬੁਲਾਇਆ ਕਿ ਸਿੱਖੀ ਦੇ ਮੁਤਾਬਕ ਉਹਨਾਂ ਨੂੰ ਮੌਤ ਮਾਰੇ ਜਾਂ ਮਰਨ ਵੇਲੇ ਕੀ ਉਹਨਾਂ ਨੂੰ ਦੱਸਿਆ ਜਾਵੇ ਕਿ ਹੌਸਲੇ ਨੂੰ ਚੜਿਆ। ਅਰੇ ਜੇ ਅਸੀਂ ਨਹੀਂ ਸੋਚਾਂਗੇ ਕਿ 8.4 ਮਿਲੀਅਨ ਲੋਕਾਂ ਨੂੰ ਕੈਂਸਰ ਹਰ ਸਾਲ ਹੋ ਰਿਹਾ ਹੈ, ਉਹਦਾ ਮੇਨ ਕਾਰਨ ਪੈਸਟੀਸਾਈਡ ਹੈ, ਦੂਜਾ ਕਾਰਨ ਰੇਡੀਅਮ ਹੈ, ਜਿਹੜੀਆਂ ਰੇਜ਼ ਨੇ ਅਲਟਰਾਵਾਇਲਟ ਰੇਜ਼ ਨੇ,
ਜੋ ਇੰਨਾ ਵੱਡਾ ਕਾਰਨ ਸਾਡੇ ਸਰੀਰ ਦਾ ਇੰਨਾ ਨੁਕਸ ਪੈਣ ਲੱਗ ਪਏ ਨੇ ਤਾਂ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੀ ਜਵਾਨੀਆਂ ਦੇਖ ਲਓ ਹੁਣ ਕਹਿੰਦੇ ਸੀ ਬੱਚੇ ਪਰ ਸ਼ਕਲਾਂ ਇੰਨੀਆਂ ਕਮਜ਼ੋਰ ਉਹਨਾਂ ਦੀਆਂ ਮਿਲਟਰੀ ਵਿੱਚ ਅਸੀਂ ਭਰਤੀ ਨਹੀਂ ਹੋ ਸਕਦੇ ਸਾਰੇ ਵਿਸ਼ੇ ਤੁਹਾਡੇ ਸਾਰਿਆਂ ਦੇ ਸੋਚਣ ਵਾਲੇ ਆ ਇਹ ਭਗਤ ਜੀ ਕਹਿ ਗਏ ਆਗੂਆਂ ਦੀ ਜੇ ਛੇਤੀ ਹੈ ਕਾਇਤ ਮਿਲੇ ਸਜਾਈ ਜੇ ਅਸੀਂ ਫਸਟ ਸੈਕਿੰਡ ਨਹੀਂ ਹੋਵਾਂਗੇ ਤੁਹਾਨੂੰ ਸਜ਼ਾ ਮਿਲੇਗੀ ਮੈਂ ਡਾਕਟਰ ਦਲਜੀਤ ਸਿੰਘ ਨਾਲ ਗੱਲ ਕੀਤੀ ਕਹਿੰਦੇ ਇੰਨੇ ਕੈਂਸਰ ਹੋ ਗਏ ਸਾਡੇ ਪਰਿਵਾਰ 'ਚ ਦੋ ਜਣਿਆਂ ਨੂੰ ਕੈਂਸਰ ਹੋਇਆ ਮੈਨੂੰ ਕਹਿੰਦੇ ਡਾਕਟਰ ਸਾਹਿਬ ਸਾਡੇ ਪਰਿਵਾਰ 'ਚ ਨੌ ਜਣਿਆਂ ਨੂੰ ਕੈਂਸਰ ਇਸ ਕਰਕੇ ਬਹੁਤ ਚੇਤਨ ਹੋਣ ਦੀ ਲੋੜ ਹੈ ਅਸੀਂ ਲਿੰਗੜਾ ਸੰਸਥਾ ਵੱਲੋਂ 32 acres ਦੇ ਵਿੱਚ ਮੇਰੇ ਨਾਲ ਟਰੱਸਟੀ ਬੈਠੇ ਸਰ ਰਾਜੀਵ ਸਿੰਘ ਜੀ ਇਹ ਕੁਦਰਤੀ ਖੇਤੀ ਅਸੀਂ ਕੀਤੀ ਇੱਥੇ ਵੀ ਸ਼ੁਰੂ ਕੀਤੀ ਹੈ 4 acres ਵਿੱਚ ਉੱਥੇ 32 acres ਵਿੱਚ ਕਰ ਰਹੇ ਹਾਂ ਔਰ ਇੰਨੀ ਕੁਦਰਤੀ ਫਸਲ ਸਫਲ ਹੋ ਰਹੀ ਹੈ ਕਿ ਜਾ ਕੇ ਜਿੰਨੇ ਪਿੰਡੋਂ ਵੀਰ ਨੇ ਜਾ ਕੇ ਦੇਖਣ ਸਾਡਾ ਫਾਰਮ ਇਹ ਬਿਲਕੁਲ ਸਫਲ ਹੈ ਕਾਮਯਾਬ ਹੈ ਅਤੇ ਦੂਜੀ ਚੀਜ਼ ਹੁਣ ਸਾਡੇ GM seed ਆ ਰਹੇ ਹੈ ਨਵੀਂ ਰੈਵੋਲਿਊਸ਼ਨ ਆ ਰਹੀ ਹੈ ਸਾਡਾ ਹਿੰਦੁਸਤਾਨ ਅਮਰੀਕਾ ਨੂੰ ਬਹੁਤ ਜ਼ਿਆਦਾ ਪੁੱਛਦਾ ਹੈ ਫਟਾਫਟ ਮਾਮੇ ਜਿੰਨੀ GM seed ਆ ਜਾਣ ਔਰ ਇਹਨਾਂ ਦੀ ਕੋਈ ਛੋਟ ਹੀ ਨਹੀਂ ਹੈ ਕਿ ਉਹ ਸਿਹਤ ਵਾਸਤੇ ਖਰਾਬ ਨਹੀਂ ਹੈ ਉਹਦੇ ਵਿੱਚ ਪਹਿਲੇ ਟੌਕਸਿਕ ਜੀਨ ਪਾਏ ਜਾਂਦੇ ਆ ਤਾਂ ਕਿ ਫਿਰ ਕਹਿੰਦੇ ਇਹਦੇ 'ਚ ਜ਼ਿਆਦਾ ਪੈਸਟੀਸਾਈਡ ਨਹੀਂ ਛਿੜਕਣਾ ਪਏਗਾ ਉਹਦੇ 'ਚ ਤਾਂ ਪਹਿਲੇ ਟੌਕਸਿਕ ਪਾਤਾ BT cotton ਦਾ ਹਾਲ ਦੇਖ ਲਓ 4 ਸਾਲਾਂ ਬਾਅਦ ਉਹਦੇ 'ਤੇ ਹਮਲਾ ਹੋ ਗਿਆ ਹੋਰ ਕੀੜਿਆਂ ਦਾ ਇਹ ਮੈਂ ਕਹਿ ਰਹੀ ਸੀ ਕਿ ਸਾਰੀਆਂ ਗੱਲਾਂ ਪਰ ਉਹਦਾ ਟਾਈਮ ਨਹੀਂ ਮਿਲਦਾ ਵਜ਼ੀਰਾਂ ਤੋਂ ਇਹਨਾਂ ਨੂੰ ਚਾਹੀਦਾ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਇਹਦੇ ਬਾਰੇ ਕੰਮ ਕਰ ਰਹੇ ਆ ਇਹਨਾਂ ਬਾਰੇ ਨੌਲੇਜ ਗੇਨ ਕਰਨ ਅਤੇ ਫਿਰ ਉਸ ਹਿਸਾਬ ਨਾਲ ਵਾਹ ਆਪਣੇ ਵੱਡਿਆਂ ਨੂੰ ਦੱਸਣ ਅਤੇ ਸਾਡੇ ਦੇਸ਼ ਨੂੰ ਬਚਾਇਆ ਜਾ ਸਕੇ ਕਿਉਂਕਿ ਅਸੀਂ ਤਾਂ ਸੰਪਤ ਦੇ ਭਲੇ ਦੀ ਗੱਲ ਕਰਨੀ ਆ ਪਿੰਗਲਾ ਸੰਸਥਾ ਵਿੱਚ ਤਕਰੀਬਨ ਬਹੁਤ ਸਾਰਿਆਂ ਨੇ ਵੇਖਿਆ ਕਿ ਆਰਟੀਫਿਸ਼ਲ ਸੈਂਟਰ ਵੀ ਬਣਦੇ ਆ ਫਿਜ਼ੀਓਥੈਰੇਪੀ ਸੈਂਟਰ ਵੀ ਹੈ ਅਤੇ ਜਿਹੜੇ ਸਾਰੇ ਕਾਰਜ ਹਨ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਸਾਰੇ ਮੈਂਬਰ ਹਨ ਇੱਕ ਤਾਂ ਭਾਗਾਂ ਵਾਲੀ ਗੱਲ ਹੈ ਰੱਬ ਨਾਲ ਸਿਰ 'ਤੇ ਬੈਠਣਾ ਹੀ ਹੈ ਨਾ ਅਤੇ ਸਾਰੇ ਮੈਂਬਰ ਕੰਮ ਕਰਨ ਵਾਲੇ ਨੇ ਇਹ ਨਹੀਂ ਹੈ ਕਿ ਮੀਟਿੰਗ ਵਿੱਚ ਆ ਜਾਣਗੇ ਅਤੇ ਮੁੜ ਕੇ ਚਲੇ ਜਾਣਗੇ ਨਹੀਂ ਸਾਰੇ ਮੈਂਬਰ ਕੰਮ ਕਰਦੇ ਆ ਸਰ ਮੁਖਤਾਰ ਸਿੰਘ ਜੀ ਬੈਠੇ ਆ ਇਹਨਾਂ ਨੇ ਕੰਸਟਰਕਸ਼ਨ ਦਾ ਨਕਸ਼ੇ ਬਣਾਉਣ ਦਾ ਰਿਕਾਰਡ ਟਾਊਨ ਪਲੈਨਰ ਨੇ ਨਾਲੇ ਆਰਕੀਟੈਕਟ ਨੇ ਅਤੇ ਇਹ ਸਾਰੇ ਨਕਸ਼ੇ ਅਤੇ ਸਾਰੀਆਂ ਜਿਹੜੀਆਂ ਬਿਲਡਿੰਗਾਂ ਇਹਨਾਂ ਦੀ ਨਿਗਰਾਨੀ 'ਚ ਬਣਦੀਆਂ ਅਤੇ ਬੜਾ ਸੰਸਥਾ ਦੀਆਂ 7 ਸਾਲਾਂ ਵਿੱਚ ਮਾਨਾ ਵਾਲਾ ਮੇਰੇ ਪਰਮਿੰਦਰ ਸਿੰਘ ਵੀਰ ਨੇ ਵੀ ਦੇਖਿਆ ਗੁਰਦੁਆਰਾ ਸਾਹਿਬ ਬਹੁਤਿਆਂ ਨੇ ਦੇਖਿਆ ਹੋਇਆ ਕਿ ਮਾਨਾ ਵਾਲਾ ਜਿਹੜਾ ਸਾਡਾ ਬਣ ਗਿਆ ਉਹ ਦੇਖਣ ਵਾਲਾ ਹੀ ਹੈ ਕਿ ਉਹਦੇ 'ਚ 7 ਸਾਲਾਂ ਵਿੱਚ ਇੰਨਾ ਬਿਲਡਿੰਗਾਂ ਖੜੀਆਂ ਹੋ ਜਾਣੀਆਂ ਸੰਗਰੂਰ ਦੀ ਬ੍ਰਾਂਚ ਖੜੀ ਹੋ ਜਾਣੀ ਚੀਮਾ ਸਾਹਿਬ ਤਨ ਮਨ ਦਾ ਸੇਵਾ ਕਰ ਰਹੇ ਹੈ ਇਹ ਇੰਨੇ ਭਾਗਾਂ ਨਾਲ ਰਜਿੰਦਰਪਾਲ ਸਿੰਘ ਜੀ ਆਏ ਆ ਗਰੁੱਪ ਕੈਪਟਨ ਰਿਟਾਇਰ ਹੋਏ ਨੇ ਏਅਰਫੋਰਸ ਵਿੱਚੋਂ ਡੈਪ ਸਕੂਲ ਨੂੰ ਵੀ ਦੇਖਦੇ ਆ ਹੋਰ ਵੀ ਕਿੰਨਾ ਪੜ੍ਹਿਆ ਤਾਂ ਕੰਪਿਊਟਰ ਦਾ ਕੰਮ ਬਹੁਤ ਸਾਰੇ ਜਿਹੜੇ ਕੰਮ ਨੇ ਇਹ ਹਰੇਕ ਨੇ ਆਪਣੇ ਆਪਣੇ ਜ਼ਿੰਦਗੀ ਲਏ ਹੋਏ ਨੇ ਇਹੀ ਕਾਰਨ ਹੈ ਕਿ ਹੋਰ ਬਹੁਤ ਸਾਰੀਆਂ ਸੰਗਤਾਂ ਇੰਗਲੈਂਡ ਤੋਂ ਬੱਚੀਆਂ ਆ ਰਹੀਆਂ ਨੇ ਸੇਵਾ ਕਰਨ ਵਾਸਤੇ ਬਹੁਤ ਸਾਰੇ ਬੱਚੇ ਆ ਚੁੱਕੇ ਨੇ ਸੇਵਾ ਕਰਕੇ ਚਲੇ ਗਏ ਨੇ ਬਹੁਤ ਸਾਰੇ ਹੋਰ ਆ ਰਹੇ ਨੇ ਇੱਕ ਜਿੰਨੀ ਜਿਹੜੀ ਉਹਨਾਂ ਦੀ ਟੈਕਨੀਕਲ ਐਜੂਕੇਸ਼ਨ ਹੁੰਦੀ ਹੈ ਉਹਦੇ ਮੁਤਾਬਕ ਉਹ ਪਿੰਗਲਾ ਸੰਸਥਾ ਨੂੰ ਦੱਸਦੇ ਆ ਕਿ ਇਹਦੇ 'ਚ ਇੰਪਰੂਵਮੈਂਟ ਕਰ ਸਕਦੇ ਹਾਂ ਅਮੈਰੀਕਾ ਗਈ ਮੈਂ ਉੱਥੇ ਡਿਫਰੈਂਟ ਟਾਈਪ ਦੀਆਂ ਵੀਲ ਚੇਅਰਸ ਦੇਖੀਆਂ ਫਿਰ ਮੈਂ ਆ ਕੇ ਉਸੇ ਤਰ੍ਹਾਂ ਹੀ ਪਿੰਗਲਾ ਸੰਸਥਾ ਵਿੱਚ ਆਪਣੇ ਮਰੀਜ਼ਾਂ ਵਾਸਤੇ ਵੀਲ ਚੇਅਰਸ ਲਈਆਂ ਤਾਂ ਇਸ ਤਰ੍ਹਾਂ ਸਾਰੇ ਪਾਸਿਓਂ ਜਿਹੜੀ ਮਦਦ ਮਿਲ ਰਹੀ ਹੈ ਅਮੈਰੀਕਾ ਗਈ ਸੁਰਜੀਤ ਸਿੰਘ ਜੀ ਗਾਂਧੀ ਬੈਠੇ ਆ ਸਾਡੇ ਪਰਿਵਾਰ ਦੇ ਮੈਂਬਰ ਨੇ ਦੋਵੇਂ ਬੇਟੇ ਉੱਥੇ ਨੇ ਇਹਨਾਂ ਦੇ ਸੱਚ ਜਾਣੋ ਦੋਨਾਂ ਨੂੰ ਇੰਨਾ ਚਾਅ ਚੜਿਆ ਔਰ ਉਹਨਾਂ ਨੇ ਪਿੰਗਲਾ ਸੰਸਥਾ ਲਈ ਘਰ ਜਿੰਨੇ ਲੋਕਾਂ ਨੂੰ ਜਾਣਦੇ ਸੀ ਬੁਲਾਇਆ ਅਤੇ 4-4, $5,000 ਇੱਕ ਇੱਕ ਪਰਿਵਾਰ ਇੱਕ ਇੱਕ ਘਰ ਵਿੱਚ ਸਾਨੂੰ ਇਕੱਠਾ ਹੋਇਆ ਬਹੁਤ ਸਾਰੀ ਮਾਇਆ ਵੀ ਸਾਨੂੰ ਭੇਜ ਦਿੱਤੀ ਅਤੇ ਇਹ ਜੇ ਮੈਂ ਕੈਨੇਡਾ ਗਈ ਅਤੇ ਉੱਥੇ ਸੰਗਰੂਰ ਦੀ ਇੱਕ ਐਸੋਸੀਏਸ਼ਨ ਬਣੀ ਹੋਈ ਸੰਗਰੂਰ ਐਸੋਸੀਏਸ਼ਨ ਆਫ ਕੈਨੇਡਾ ਉਹਨਾਂ ਨੇ ਬੜਾ ਚਾਅ ਕੀਤਾ ਜਿੱਥੇ ਵੀ ਸੰਗਰੂਰ ਨਿਵਾਸੀ ਜਾਂਦੇ ਆ ਇੰਨਾ ਚਾਹ ਕਰਦੇ ਆ ਇੰਨਾ ਪਿਆਰ ਕਰਦੇ ਆ ਅਤੇ ਤੁਹਾਡੀਆਂ ਅਸੀਸਾਂ ਕਰਕੇ ਹੀ ਤੁਹਾਡੇ ਪਿਆਰ ਕਰਕੇ ਹੀ ਭਗਤ ਪੂਰਨ ਸਿੰਘ ਦੇ ਆਸ਼ੀਰਵਾਦਾਂ ਨਾਲ ਅਤੇ ਮੇਰੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਕੋਆਪਰੇਸ਼ਨ ਕਰਕੇ ਜਿਹੜਾ ਪਿੰਗਲਾ ਵਾਲਾ ਸੰਸਥਾ ਹੈ ਤਰੱਕੀ ਕਰ ਰਿਹਾ ਹੈ ਇਸੇ ਕਰਕੇ ਸਰਕਾਰਾਂ ਅਵਾਰਡ ਅਵੂਰਡ ਦੇਣੇ ਪੈ ਜਾਂਦੇ ਆ ਬਾਕੀ ਇਹ ਅਵਾਰਡ ਜਿਹੜੇ ਆ ਸੰਗਤ ਦਾ ਹੀ ਹੈ ਸਾਰਾ ਕਿਉਂਕਿ ਮੈਂ ਤਾਂ 2.5-3 ਲੱਖ ਰੁਪਇਆ ਰੋਜ਼ ਆ ਖਰਚ ਨਹੀਂ ਸਕਦੀ ਇਹ ਸਾਰੀ ਸੰਗਤ ਦਾ ਹੀ ਪੈਸਾ ਹੈ ਜਿਹੜਾ ਇੱਥੇ ਆਉਂਦਾ ਵਾਇਸ ਕਮਿਸ਼ਨ ਤੋਂ ਸਾਰਿਆਂ ਨੂੰ ਆਪਾਂ ਨੂੰ ਰਲ ਕੇ ਇਹਦੇ ਲਈ ਹੰਭਲਾ ਮਾਰਨਾ ਪਏਗਾ ਅਸੀਂ ਜੋ ਵੀ ਪ੍ਰੋਗਰਾਮ ਕਰਦੇ ਹਾਂ ਉਹ ਅੰਦਰੇ ਅੰਦਰ ਆਵਾਜ਼ ਹੋਣੀ ਚਾਹੀਦੀ ਹੈ ਬਾਹਰ ਲਾਊਡ ਸਪੀਕਰ ਲਾਏ ਜੇ ਮਨਾ ਹੋ ਜਾਣ ਜੇ DC ਵੱਲੋਂ ਮਨਾ ਹੋ ਜਾਣ ਤਾਂ ਹੋਰ ਸੌਖਾ ਹੋ ਜਾਂਦਾ ਨਹੀਂ ਤਾਂ ਅਸੀਂ ਐਜੂਕੇਟ ਕਰ ਦਾਂਗੇ ਨੋਇਸ ਪੋਲਿਊਸ਼ਨ ਬਾਰੇ ਕਿਤਾਬ ਛਾਪ ਕੇ ਤੁਹਾਨੂੰ ਸਾਰਿਆਂ ਨੂੰ ਵੰਡ ਦਾਂਗੇ ਕਿ ਨੁਕਸਾਨ ਹੁੰਦਾ ਨੋਇਸ ਪੋਲਿਊਸ਼ਨ ਦਾ ਪਹਿਲਾਂ ਹੀ ਸਾਡੇ ਕੋਲ ਹੈਗੀ ਹੈ ਕਿੰਨਾ ਲੋਕ ਬਹਿਰਾ ਬਹਿਰੇ ਹੋ ਜਾਂਦੇ ਨੇ ਨੋਇਸ ਪੋਲਿਊਸ਼ਨ ਨਾਲ
ਅਬੂਤਰੇ ਨਹੀਂ ਸਾਨੂੰ ਮੰਗ ਜਾਂਦੇ ਆ ਹਰ ਟਰੱਕ ਵਾਲੇ ਹਰ ਬੱਸ ਵਾਲੇ ਪੋਲੀਟੀਸ਼ੀਅਨ ਇਹਨਾਂ ਨੂੰ ਬੇਨਤੀ ਆ ਵੀ ਹੂਟਰ ਘੱਟ ਵਰਤਿਆ ਕਰਨ ਇਹ ਤਾਂ ਨੋਇਸ ਪੋਲਿਊਸ਼ਨ ਹੀ ਆ ਨਾ ਸਿੱਖਿਆ ਤਾਂ ਇਹਨਾਂ ਤੋਂ ਹੀ ਲੈਣੀ ਆ ਬਾਕੀ ਸਾਰਿਆਂ ਨੇ ਤਾਂ ਇਸ ਕਰਕੇ ਸਹਿਜ ਵਿੱਚ ਚੱਲਿਆ ਜਾਵੇ ਐਕਸੀਡੈਂਟਾਂ ਦਾ ਘੱਟ ਦਰ ਹੁੰਦਾ ਗਿਆ ਜੈਲ ਸਿੰਘ ਹੋਰੀ ਸਾਡੇ ਅੱਡੇ ਵੱਡੇ ਵਾਰਡ ਲੀਡਰ ਸਨ ਐਕਸੀਡੈਂਟ 'ਚ ਗਏ ਤਾਂ ਇਸ ਕਰਕੇ ਸਹਿਜ ਵਿੱਚ ਗੁਰੂ ਸਾਹਿਬ ਨੇ ਕਿਹਾ ਸਹਿਜ ਵਿੱਚ ਰਹੋ ਸਹਿਜ ਵਿੱਚ ਤਾਂ ਕਿ ਇਹ ਨਾ ਹੋਵੇ ਬਹੁਤੀ ਤੇਜ਼ੀ ਕਰਦੇ ਕਰਦੇ ਅਸੀਂ ਜ਼ਿਆਦਾ ਕੰਮ ਕਰਦੇ ਚਾਹੇ ਉਹ ਕੋਈ ਨਾ ਕੰਮ ਕਰ ਸਕੀਏ ਅੱਜ ਕੱਲ੍ਹ ਇੱਕ ਵੀਰ ਪਿਆ ਵਿਚਾਰੇ ਨੇ ਇੰਜਰੀ ਹੋਈ ਉਹਦੇ ਸਰਵਾਈਕਲ ਸਪਾਈਨ ਨੇ ਆਪਣੇ ਵੀ ਆਪਣੇ ਰਣਜੀਤ ਸਿੰਘ ਵਾਲੀਆਂ ਹੈਗੇ ਨੇ ਤਾਂ ਇਸ ਕਰਕੇ ਸਾਹਮਣੇ ਸਾਡੇ ਐਕਸੀਡੈਂਟਾਂ ਦੇ ਸਾਹਮਣੇ ਸਾਡੇ ਨਤੀਜੇ ਆ ਰਹੇ ਨੇ ਅਤੇ ਸਾਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਇਹ ਵੀ ਸਰਮਾਇਆ ਹਨ ਸਾਡੇ ਅਸੀਂ ਇਹਨਾਂ ਨੂੰ ਜਿਤਾ ਕੇ ਭੇਜਿਆ ਹੋਇਆ ਹੈ ਵਾਹਿਗੁਰੂ ਕਰੇ ਇਹਨਾਂ ਦੀਆਂ ਲੰਬੀਆਂ ਉਮਰਾਂ ਹੋਣ ਬੜੇ ਹੀ ਪਿਆਰੇ ਵੀਰ ਆਏ ਨੇ ਪੋਲੀਟੀਸ਼ੀਅਨ ਜਿਹੜੇ ਸੱਚਮੁੱਚ ਹੀ ਚੰਗੇ ਨੇ ਅਤੇ ਸੱਚਮੁੱਚ ਹੀ ਦੇਸ਼ ਨੂੰ ਪਿਆਰ ਕਰਨ ਵਾਲੇ ਆ ਇਹ ਮੈਨੂੰ ਬੜੀ ਖੁਸ਼ੀ ਹੈ ਹੋਰ ਵੀ ਕੋਈ ਆਏ ਹਨ ਵੇ ਚੰਗੀ ਗੱਲ ਹੈ ਕਿ ਜੋ ਵੀ ਅੱਛੇ ਆਦਮੀ ਅਤੇ ਚੰਗੀਆਂ ਕਿਰਨਾਂ ਹੁੰਦੀਆਂ ਨੇ ਉਹ ਚੰਗੀਆਂ ਕਿਰਨਾਂ ਦਾ ਪ੍ਰਭਾਵ ਸਾਰੇ ਐਟਮੋਸਫੀਅਰ 'ਤੇ ਪੈਂਦਾ ਅਤੇ ਭਗਤ ਜੀ ਕਹਿ ਕਰਦੇ ਸਨ ਕਿ ਮਸਤ ਆਉਣੇ ਜਦੋਂ ਆਉਂਦੇ ਸਨ ਬੀਬੀ ਇੱਥੇ ਸਨ ਤਾਂ ਦੱਸੇ ਮੀਆਂ ਕਿਰਨਾਂ ਨੇ ਕਿਉਂਕਿ ਉਹ ਮਹਾਂਪੁਰਸ਼ਾਂ ਨੂੰ ਸਮਝਦੇ ਸਨ ਇੱਥੇ ਸੰਤ ਅਤਰ ਸਿੰਘ ਦੀਆਂ ਕਿਰਨਾਂ ਨੇ ਵੀ ਇਸ ਇਲਾਕੇ 'ਚ ਸੰਤ ਅਤਰ ਸਿੰਘ ਦੀਆਂ ਕਿਰਨਾਂ ਨੇ ਇਸ ਕਰਕੇ ਜਿੰਨੇ ਵੀ ਮਹਾਂਪੁਰਖ ਹੋਏ ਨੇ ਆਪਣੇ ਇਲਾਕੇ ਦੇ ਵਿੱਚ ਸੰਤ ਅਤਰ ਸਿੰਘ ਸੰਤਰ ਚੰਦ ਸਿੰਘ ਟੰਬੋਵਾਲ ਭਗਤ ਜੀ ਅਕਸਰ ਹੀ ਇੱਥੇ ਆਉਂਦੇ ਨੇ ਅਤੇ ਰੱਬ ਵਰਗੇ ਇਨਸਾਨ ਮੈਂ ਕੋਈ ਸ਼ਬਦ ਨਹੀਂ ਕਿ ਮੈਂ ਤਾਂ ਤੁਹਾਡੇ ਪਿਆਰ ਕੇ ਧੰਨਵਾਦੀ ਹਾਂ ਜਦੋਂ ਤੁਸੀਂ ਪਿਆਰ ਕਰਤਾ ਸਰਦਾਰ ਕੋਈ ਵੱਡੀ ਗੱਲ ਨਹੀਂ ਪਿਆਰ ਬਹੁਤ ਵੱਡੀ ਗੱਲ ਪਿਆਰ ਅਮੋਲ ਹੈ ਪਿਆਰ ਦੀ ਕੋਈ ਕੀਮਤ ਨਹੀਂ ਪਿਆਰ ਖਰੀਦਿਆ ਨਹੀਂ ਜਾ ਸਕਦਾ ਇਸ ਕਰਕੇ ਜੋ ਮੈਂ ਤੁਸੀਂ ਪਿਆਰ ਦਿੱਤਾ ਹੈ ਸਰਕਾਰ ਦੇ ਵਿੱਚ ਹੀ ਆ ਗਿਆ ਉਸ ਦੀ ਮੈਂ ਹੋਰ ਪ੍ਰਦਾਨ ਕਰਵਾ ਹਾਂ ਧੰਨਵਾਦੀ ਹਾਂ ਆਪਣੇ ਸਾਰੇ ਵੀਰਾਂ ਦੇ ਜਿਹੜੇ ਮੇਰੇ ਵੀਰ ਅੰਮ੍ਰਿਤਸਰ ਤੋਂ ਚੱਲ ਕੇ ਆਏ ਆ ਮੇਰੇ ਨਾਲ ਖੁਸ਼ੀ ਵਿੱਚ ਸ਼ਾਮਿਲ ਹੋਣ ਵਾਸਤੇ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੀ ਸਾਰੀ ਸੰਗਤ ਦੇ ਬਹੁਤ ਬਹੁਤ ਧੰਨਵਾਦੀ ਹਾਂ ਇਹ ਬ੍ਰਾਂਚ ਜਿਹੜੀ ਹੈ ਵਾਹਿਗੁਰੂ ਕਰੇ ਤੁਹਾਡੇ ਸਿਰ 'ਤੇ ਮੈਂ ਸੱਚ ਨੂੰ ਜਾਣਾ ਮੈਨੂੰ ਵੀ ਮਾਣ ਆਪਣੇ ਸ਼ਹਿਰ ਦੇ ਉੱਤੇ ਮੈਂ ਉਸ ਮਾਣ ਕਰਕੇ ਇੱਥੇ ਬ੍ਰਾਂਚ ਬਣਾਈ ਸੀ ਮੈਨੂੰ ਪਤਾ ਸਾਡਾ ਇਲਾਕਾ ਬਹੁਤਾ ਅਮੀਰ ਨਹੀਂ ਪਰ ਸਾਡੇ 'ਚ ਸ਼ਰਧਾ ਸਾਡੇ ਕੋਲ ਪਿਆਰ ਹੈ ਇਸ ਕਰਕੇ ਉਹ ਮੇਰੀ ਆਸ ਪੂਰੀ ਹੋਈ ਕਿ ਇੱਥੋਂ ਦੀ ਜਿਹੜੀ ਬ੍ਰਾਂਚ ਹੈ ਉਹ ਬਹੁਤ ਸੋਹਣੀ ਤਰ੍ਹਾਂ ਚੱਲ ਰਹੀ ਹੈ ਚੀਮਾ ਸਾਹਿਬ ਨੇ ਸਹਿਯੋਗ ਨਾਲ ਬਾਕੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਤੁਸੀਂ ਜਾਣੋ ਕਿ 2 ਸਾਲ ਦੀ ਰੋਟੀਆਂ ਬੁੱਕ ਨੇ ਖਾਣੇ ਬੁੱਕ ਨੇ ਜਿਹੜਾ ਸੰਸਥਾ ਪਹਿਲਾਂ ਹੀ ਲੋਕ ਬੁੱਕ ਕਰਾ ਜਾਂਦੇ ਆ ਅਗਲੇ ਸਾਲ ਤਾਂ ਕਿ ਪਹਿਲਾਂ ਹੀ ਬੁੱਕ ਕਰਾ ਜਾਂਦੇ ਆ ਵੀ ਸਾਡੇ ਵੱਲੋਂ ਖਾਣਾ ਹੋ ਲੇਕਿਨ ਇੰਨੀ ਵੱਡੀ ਤਬਦੀਲੀ ਹੋ ਜਾਂਦੀ ਹੈ ਪਰ ਪੂਰਨ ਸਿੰਘ ਜੀ ਨੇ ਬੁੱਕ ਲਾਇਆ ਅਤੇ ਸਾਡੀ ਸੋਚ ਵੀ ਹੋ ਗਈ ਸਾਨੂੰ ਚੰਗੇ ਪਾਸੇ ਇੱਕ ਕੰਮ ਕਰਨ ਦਾ ਮੌਕਾ ਮਿਲ ਗਿਆ ਸਾਡੇ ਵੀ ਚੰਗੀ ਕਿਸਮਤ ਹੋ ਜਾਂਦੀ ਹੈ ਜਦੋਂ ਅਸੀਂ ਚੰਗੇ ਪਾਸੇ ਕੰਮ ਕਰਦੇ ਹਾਂ ਕੁਦਰਤੀ ਹੋਵੇ ਤਾਂ ਤੁਹਾਡੇ ਦਾ ਚੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਡਾਕਟਰ ਬੀਬੀ ਅਮਰਜੀਤ ਕੌਰ ਜੀ ਦਾ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਰੁਝੇਵੇਂ ਛੱਡ ਕੇ ਕਿਸ ਤਰ੍ਹਾਂ ਦੇ ਲੈਨ ਨੂੰ ਅਡੋਪਟ ਕੀਤਾ ਅਤੇ ਚੱਲਣਾ ਪਾਇਆ ਹੁਣ ਇਸ ਤੋਂ ਪਹਿਲਾਂ ਕਿ ਅਭਿਨੰਦਨ ਮੰਚ ਦੇ ਬੁਲਾਰੇ ਅਤੇ ਫਾਊਂਡਰ ਸਰਦਾਰ ਬਲਦੇਵ ਸਿੰਘ ਦੌਸਲ ਜੀ ਤੁਹਾਡਾ ਧੰਨਵਾਦ ਕਰਨ ਸਾਰੀਆਂ ਜਥੇਬੰਦੀਆਂ ਦਾ ਲੀਡਰ ਸਾਹਿਬ ਮੈਂ ਇੱਕ ਬੇਨਤੀ ਕਰਨ ਲੱਗਿਆ ਸਟੇਜ ਵੱਲੋਂ ਵੀ ਚਾਹ ਅਤੇ ਮਿਕਸ ਪਕੌੜਾ ਅਸੀਂ ਤਿਆਰ ਕਰਾਇਆ ਉਹ ਸਭ ਨੇ ਲੈ ਕੇ ਜਾਣਾ ਕਿਉਂਕਿ ਸਭ ਤੋਂ ਪਹਿਲਾਂ ਬੀਬੀਆਂ ਚਾਹ ਲੈਣਗੀਆਂ ਉਸ ਤੋਂ ਬਾਅਦ ਆਪਾਂ ਜੈਂਟਸ ਅਤੇ ਪੂਰਾ ਡਿਸਪਲਿਨ ਰਹਿੰਦੇ ਹੋਏ ਪੂਰਾ ਹੁਣ ਮੈਂ ਬੇਨਤੀ ਕਰਾਂਗਾ ਦੌਸਲ ਸਾਹਿਬ ਨੂੰ ਵੀ 2 ਮਿੰਟਾਂ 'ਚ ਹੀ ਧੰਨਵਾਦ ਕਰਕੇ ਆਈਆਂ ਸੰਗਤਾਂ ਦਾ ਇਹ ਸਮਾਗਮ ਨੂੰ ਸੰਪਾਦਨ ਕਰਨ ਦੌਸਲ ਸਾਹਿਬ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤਾਂ ਅਸੀਂ ਮੰਚ ਵੱਲੋਂ ਪਹਿਲੇ ਹੀ ਕਰ ਬੈਠੇ ਹਾਂ ਪਰ ਫਿਰ ਵੀ ਮੇਰੀ ਡਿਊਟੀ ਲੱਗੀ ਹੈ ਕਿ ਸਾਰੀਆਂ ਜਿੰਨੀਆਂ ਸੰਗਤਾਂ ਆਈਆਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਜਾਵੇ ਅਤੇ ਸਾਰਿਆਂ ਨੂੰ ਜੀ ਆਇਆਂ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਹੀਂ ਪਹੁੰਚੇ ਦੂਰ ਬੈਠੇ ਨੇ ਔਰ ਸਾਨੂੰ ਆਪਣਾ ਪ੍ਰੇਮ ਪਿਆਰ ਦਿਖਾਇਆ ਹੈ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਸ ਕੀ ਹਾਲ ਹੈ ਠੀਕ ਹੈ ਹਾਂਜੀ ਇੱਧਰ ਦੇਖੀ ਹਾਂਜੀ ਸਾਹਮਣੇ ਦੇਖਣਾ ਜੀ ਸਾਹਮਣੇ ਇੱਕ ਮਿੰਟ ਇੱਥੇ ਦੇਖਣਾ
ਮੈਨੂੰ ਐਂ ਕਰੋ ਕਿਹਾ ਵੀ ਮੈਂ ਪੁੱਛ ਕੇ ਆ ਰਿਹਾ ਯਾਰ ਮੈਨੂੰ ਕੀ ਲੋੜ ਹੈ ਤੂੰ ਕਹਿੰਦਾ ਮੈਂ ਤਾਂ ਮੈਨੂੰ ਆ ਕੇ ਦੱਸਾਂ ਤਾਂ ਮੈਨੂੰ ਆ ਕੇ ਫੋਟੋ ਦੇ ਦੇ Thank you.